Thank you.
दिल लगल मेरा नाम सुभगा उनक दिल लगल मेरा नाम सुभगा जी
सुभागा जी मेरा नाम सुभागा मेरा नाम सुभागा मेरा नाम सुभागा जी जपत रहा तेरा नाम लूण हरामी नानक लाला बख्शे तुद वडे आई आद जुगाद दया पत दाता तुद बिन मुक्त न पाई मुल खरीदी लाला गोला मेरा नाम सुभागा Thank you.
प्रभु की शरण विचारो जय सिमरत गण का सी उधरी कहाँ को जस और धारो फेव टल थ्रू जा कै सिमरन हर निर्भय पद पाया दुख हरताए विद को स्वामी तय काहे विसराया जब ही शरण गही कृपा निध गज ग्राह ते छूटा मेमा नाम कहाँ लो वरनो राम कहत बंधन ते टूटा अजामल पापी जग जाने निमुख माह निस्तारा नानक कहत चेत चिंता मन ऐ भी उतर सिपारा साहेब गुरु तेग बहादुर महाराज नौवे पातशाह इस शब्द दे विच वाहिगुरु दे शरण गिरन करके सारे दुखां पापां दी निवृत्ति होके इंसान जीव सुख दे समुद्र विच लीनता हासिल करदा है। पहला उदाहरण पहली मिसाल गणका दी दित्ती जिसका पिछे तुसी सुनिया दूसरी मिसाल त्रों दी दिंदे हन भयो टल त्रों जा कै सिमरन हर निर्भय पद पाया त्रों नूं अटल पदवी जिस प्रभु दे सिमरन करके प्राप्त होई निर्भय पदवी मिली दुख हरताए बिद को स्वामी तैं काहे विसराया दुखां दे हरन वाला दुखां दे नाश करन वाला एहो जा वाहिगुरु ऐ मन ते क्यों विसारिया है मंजी त्रों त्रों हसदा करे आया कर प्यार प्यो कुछड़ लीता साढ़े देश विच इसी समय एक राजा उतान पाद होया जिसका हजारा मरबा मील विच राज सी उस दे दो राणिया सुरुचि और सुनीता दोवें शकियां भैणा सन वड्डी भैण दा सुभाव सुशीला धर्मात्मा पतिव्रता सेवा भावा छोटी दा सुभाव चंचल खुदगर्ज इस करके छोटी राणी ने राजा नूं काना खुशी करके कुछ इधरलियां उधरलियां गल्लां मार अपनी वड्डी भैण दे बरखिलाफ कर दिता। चुगली निंदा चुगली बहुत बुरी चीज़ है। इंसान जिहे जे बचन सुनदा हो जा असर इस दे मन ते वश पै ही जाया करता है। सो निंदा नूं जिथे थां थां बुरा दस्या इहदे बुरे नतीजे दसे कईओ फरमान कीता है। निंदा भली किसे दी नाही मनुख लोकी करदे निंदा भली किसे दी नाही मनुख लोकी करदे ने ਨਹੀਂ ਮਨੁੱਖ ਲੋਕੀ ਕਰਦੇ ਨੇ
ਨਿੰਦਾ ਫਲੇ ਕਿਸੇ ਕੀ ਨਾਹੀ ਮਨ ਮੁਖ ਮੁਗਤ ਕਰਨ ਤੂੰ ਕਾਲੇ ਤਿੰਨਾ ਨਿੰਦਕਾਂ ਨਰਕੇ ਖੋਰ ਪਵਨ ਨਿੰਦਾ ਦਾ ਫਲ ਦੱਸੇ ਦੁਨੀਆਂ ਵਿੱਚ ਜਦ ਤੇ ਸ੍ਰਿਸ਼ਟੀ ਰਚੀ ਜਦ ਤੱਕ ਸ੍ਰਿਸ਼ਟੀ ਰਹੇਗੀ ਈਸ਼ਵਰੀ ਕਾਨੂੰਨ ਵੀ ਕੰਮ ਕਰਦੇ ਰਹਿਣਗੇ ਕਿਉਂਕਿ ਜਦ ਤੋਂ ਕੋਈ ਗਵਰਨਮੈਂਟ ਬਣਦੀ ਹੈ ਜਦ ਤੱਕ ਉਹ ਰਹਿੰਦੀ ਹੈ ਉਹਦੇ ਅਸੂਲ ਵੀ ਚੱਲਦੇ ਰਹਿੰਦੇ ਹੈ ਇਸੀ ਤਰ੍ਹਾਂ ਹੀ ਜਿਹਨਾਂ ਵਿੱਚੋਂ ਇਹ ਅਸੂਲ ਜਿਹਾ ਜੋ ਕੋਈ ਕਰਦਾ ਵੈਸਾ ਫਰਦਾ ਜੈਸਾ ਬੀਜਦਾ ਵੈਸਾ ਵੱਡ ਚੰਗੇ ਕਰਮਾਂ ਦਾ ਫਲ ਸੁੱਖ ਮਿਲਦਾ ਹੈ ਬੁਰਿਆਂ ਦਾ ਦੁੱਖ ਮਿਲਦਾ ਹੈ ਇਹ ਅਸੂਲ ਕਾਨੂੰਨ ਬਣੇ ਔਰ ਹਨ ਜਿਹਨਾਂ ਵਿੱਚੋਂ ਇੱਕ ਨਿੰਦਾ ਨੂੰ ਵੀ ਬੁਰਾ ਦੱਸਿਆ ਹੈ ਨਿੰਦਾ ਭਲੀ ਕਿਸੇ ਕੀ ਨਾਹੀ ਮਨ ਮੁੱਖ ਮੁਗਤ ਕਰਨ ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਖੋਲ ਕੇ ਬਨ ਨਿੰਦਾ ਕਿਸੇ ਦੀ ਭਲੀ ਨਹੀਂ ਮਨ ਮੁੱਖ ਕਰਦੇ ਹਨ ਬਲਕਿ ਉਹਨਾਂ ਦੇ ਧਰਮਰਾਜ ਦੀ ਦਰਗਾਹ ਵਿੱਚ ਮੂੰਹ ਕਾਲੇ ਕੀਤੇ ਜਾਣਗੇ ਹੋਰ ਨਰਕਾਂ ਵਿੱਚ ਉਹਨਾਂ ਨੂੰ ਪਛਣਾ ਪੈਣਾ ਇਹ ਨਿੰਦਾ ਦਾ ਫਲ ਦੱਸਿਆ ਨਿੰਦਾ ਮਨ ਦੀ ਬਿਮਾਰੀ ਹੈ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਵੈਦ ਹਰਦਾਸ ਰਾਹੀਂ ਜਿੱਥੇ ਸਾਨੂੰ ਮਾਨਸਿਕ ਰੋਗਾਂ ਦਾ ਜਾਣੂ ਕਰਾਇਆ ਹੋਮੇ ਦੀਰਘ ਰੋਗ ਹੈ ਮਨ ਦਾ ਘੋੜ ਮਨ ਦੀ ਟੀਬੀ ਮਨ ਦੀ ਬਮਨ ਔਰ ਮਨ ਦੇ ਇਹੋ ਜਿਹੇ ਰੋਗ ਜਿਵੇਂ ਬਾਹਰ ਜਿਸਮਾਨੀ ਰੋਗ ਹਨ ਇਸੀ ਤਰ੍ਹਾਂ ਮਨ ਦੇ ਮਾਨਸਿਕ ਰੋਗ ਹਨ ਮਨ ਦੇ ਰੋਗ ਜਿਸਮਾਨੀ ਰੋਗਾਂ ਨਾਲੋਂ ਵੀ ਬਹੁਤੇ ਦੁਖਦਾਇਕ ਅਤੇ ਖਤਰਨਾਕ ਹਨ ਸੋ ਜਿਸਮ ਦੇ ਰੋਗਾਂ ਦੀ ਹੱਦ ਤਾਂ ਜ਼ਿਆਦਾ ਤੋਂ ਜ਼ਿਆਦਾ ਮਰਨ ਤੱਕ ਹੋ ਸਕਦੀ ਹੈ ਪਰ ਮਨ ਦੇ ਰੋਗ ਜਿਹੜੇ ਹਨ ਅੱਗੇ ਅਗਲੇ ਜਨਮ ਦੇ ਵਿੱਚ ਵੀ ਸੰਸਕਾਰ ਰੂਪ ਹੋ ਕੇ ਨਾਲ ਜਾਂਦੇ ਹਨ ਤਾਂ ਅਤੇ ਇਹਨਾਂ ਨੂੰ ਦੂਰ ਕਰਨਾ ਲਾਜ਼ਮੀ ਹੈ ਨਿੰਦਿਆ ਨੂੰ ਮਨ ਦਾ ਬਮਨ ਦੱਸਿਆ ਬਮਨ ਜਿਸਮ ਦਾ ਬਮਨ ਕੀ ਹੁੰਦਾ ਕੋਈ ਚੀਜ਼ ਖਾਣੀ ਉਲਟ ਜਾਣੀ ਉਹਨੂੰ ਬਮਨ ਕਹਿੰਦੇ ਹਨ ਕੋਈ ਚੀਜ਼ ਖਾਣੀ ਉਲਟ ਜਾਣੀ ਉਲਟੀ ਆ ਜਾਣੀ ਇਸਨੂੰ ਬਮਨ ਕਿਹਾ ਜਾਂਦਾ ਹੈ ਜਿਵੇਂ ਇਹ ਸਰੀਰ ਦਾ ਬਮਨ ਹੈ ਕਿਤਨੀ ਦੁਖਦਾਈ ਬਿਮਾਰੀ ਹੈ ਇਸੀ ਤਰ੍ਹਾਂ ਨਿੰਦਾ ਜੋ ਹੈ ਇਹ ਵੀ ਮਨ ਦਾ ਬਮਨ ਹੈ ਮਨ ਦੀ ਬਿਮਾਰੀ ਸੋ ਜਿਵੇਂ ਉਹ ਸਰੀਰ ਨੂੰ ਦੁਖਦਾਈ ਹੈ ਮਨ ਨੂੰ ਦੁਖਦਾਈ ਹੈ ਨਿੰਦਿਆ ਚੁਗਲੀ ਤੋਂ ਪੈਣਾ ਹਨ ਇਹ ਚੁਗਲੀ ਜੋ ਹੈ ਇਹ ਨਿੰਦਾ ਦੀ ਇਹ ਦੋਨਾਂ ਦਾ ਬੁਰਾ ਨਤੀਜਾ ਦੱਸਿਆ ਕਈ ਕੁ ਲੋਕਾਂ ਦਾ ਖਿਆਲ ਹੈ ਵੀ ਚੁਗਲੀ ਦੋ ਗੱਲਾਂ ਕਹਿ ਦੇਣੀਆਂ ਕਿਸੇ ਦੇ ਬਰਤਾਵ ਕੀ ਇਹ ਇਸਦਾ ਇਹੋ ਜਿਹਾ ਬੁਰਾ ਫਲ ਇਹੋ ਜਿਹੇ ਸਖ਼ਤ ਸਜ਼ਾਵਾਂ ਕਿਉਂ ਰੱਖੀਆਂ ਗਈਆਂ ਸਾਸ਼ੰਗ ਥੋੜ੍ਹੀ ਜਿਹੀ ਗੱਲ ਨਹੀਂ ਇਹਦੇ ਨਤੀਜੇ ਬਹੁਤ ਬੁਰੇ ਨਿਕਲਣ ਦੇਖੋ ਨਾ ਇੱਕ ਧਿਆਨ ਦੇ ਕੇ ਸੁਣੋ ਕਿਤੇ ਇੱਕ ਕੋਈ ਪਠਾਨ ਹੈ ਉਸਦੇ ਪਾਸ ਇੱਕ ਨੌਕਰ ਰਹਿਣ ਲੱਗਾ ਉਹ ਨੌਕਰ ਨੇ ਉਸ ਪਠਾਨ ਨੂੰ ਕਿਹਾ ਖਾਨ ਜੀ ਮੈਂ ਪਹਿਲੇ ਹੀ ਅਰਜ਼ ਕਰਦੇ ਹਾਂ ਮੇਰੇ ਵਿੱਚ ਇੱਕ ਨੁਕਸ ਹੈ ਉਹ ਪਹਿਲੇ ਹੀ ਆਪਣੇ ਮਾਫ਼ ਕਰ ਦੇਣਾ ਪੁੱਛਣਗੇ ਕੀ ਨੁਕਸ ਹੈ ਕਹਿੰਦਾ ਕਿਤੇ ਕਿਤੇ ਚੁਗਲੀ ਕਰਦਾ ਉਹਨੂੰ ਹਮੇਸ਼ਾ ਨਹੀਂ ਕਿਤੇ ਕਿਤਾਈ ਕਰਦਾ ਨਹੀਂ ਪਹਿਲੇ ਹੀ ਕਿਰਪਾ ਕਰਕੇ ਮੈਂ ਆਪ ਤੋਂ ਮਾਫ਼ੀ ਮੰਗਦਾ ਹਾਂ ਕਿਤੇ ਕਿਤਾਈ ਚੁਗਲੀ ਕਿਆ ਚੀਜ਼ ਹੈ ਦੋ ਗੱਲਾਂ ਕਹਿ ਦੇਣੀਆਂ ਕਿਆ ਹੈ ਹਾਂ ਕਹਿਣ ਲੱਗਾ ਮੈਂ ਪਹਿਲਾਂ ਕਹਿ ਦੇਣਾ ਬੜਾ ਫਰਜ਼ ਸਮਝਦਾ ਖੈਰ ਇਸੀ ਤਰ੍ਹਾਂ ਉਹ ਨੌਕਰ ਰਹਿ ਪਿਆ ਬੜੀ ਸੇਵਾ ਕੀਤੀ ਹੋਰ ਬੜੇ ਅੱਛੇ ਗੁਣ ਹਨ ਕਾਫ਼ੀ ਦੇਰ ਤੋਂ ਬਾਅਦ ਜਦੋਂ ਉਹ ਪਠਾਨ ਖਾਨ ਬੀਵੀ ਜੀ ਦੋਵੇਂ ਉਸਦੀ ਸੇਵਾ 'ਤੇ ਅਤਿਅੰਤ ਪ੍ਰਸੰਨ ਹੋ ਗਏ ਖੁਸ਼ ਹੋ ਗਏ ਉਸਨੇ ਆਪਣਾ ਸੁਭਾਅ ਪ੍ਰਗਟ ਕਰਨਾ ਸ਼ੁਰੂ ਕੀਤਾ ਸੋ ਬੀਬੀ ਜੀ ਕੋਲ ਕਹਿਣ ਲੱਗਾ ਬੀਬੀ ਜੀ ਇੱਕ ਬੜੀ ਸ਼ੋਕਮਈ ਗੱਲ ਹੈ ਪੁੱਛਣਗੀ ਕੀ ਲੱਗੇ ਮੈਨੂੰ ਪਤਾ ਲੱਗਾ ਹੈ ਖਾਨ ਜੀ ਹੋਰ ਸ਼ਾਦੀ ਕਰਵਾਉਣਾ ਚਾਹੁੰਦੇ ਹਨ ਇਹ ਗੱਲ ਭਲਾ ਕਦੋਂ ਬਰਦਾਸ਼ਤ ਹੁੰਦੀ ਹੈ ਜਨਾਨੀਆਂ 'ਤੇ ਹੈਂ ਕਹਿਣ ਲੱਗਾ ਹਾਂ ਮੈਨੂੰ ਕਿਸੇ ਅੱਛੇ ਪੱਕੇ ਵਸੀਲੇ 'ਤੇ ਪਤਾ ਲੱਗਾ ਸੋ ਇਹ ਵੀ ਪਤਾ ਸੀ ਵੀ ਸਾਡੇ ਘਰ ਦਾ ਨੌਕਰ ਹੈ ਦਿਨ ਰਾਤ ਘਰ ਵਿੱਚ ਰਹਿੰਦਾ ਹੋਣੀ ਹੈ ਗੱਲ ਬੜਾ ਫਿਕਰ ਪੈ ਗਿਆ ਉਹ ਪੁੱਛਣ ਲੱਗੀ ਕੋਈ ਉਪਾਅ ਹਾਂ ਉਪਾਅ ਕਹਿਣ ਲੱਗੇ ਮੈਂ ਕਰ ਸਕਦਾ ਜੇ ਤੁਸੀਂ ਥੋੜ੍ਹੀ ਜਿਹੀ ਹਿੰਮਤ ਕਰੋ ਉਹ ਕੀ ਰਾਤ ਨੂੰ ਖਾਨ ਜੀ ਸੁੱਤੇ ਪਏ ਹੋਣ ਉਹਨਾਂ ਦੀ ਕੰਢੀ ਕੋਲੋਂ ਇੱਕ ਰੂਮ ਕੱਟ ਕੇ ਲਿਆ ਤਾਂ ਉਹਨੂੰ ਤਵੀਤ 'ਚ ਮੜ ਕੇ ਮੈਂ ਦਿਆਂਗਾ ਫਿਰ ਸਾਰੀ ਜ਼ਿੰਦਗੀ ਖਾਨ ਜੀ ਤੁਹਾਡੇ ਹੁਕਮ ਵਿੱਚ ਰਹਿਣਗੇ ਇਹ ਲਿਆ ਦਿਓ ਤੋ ਉਹਨੂੰ ਕਹਾਲ ਪਈ ਬੀਬੀ ਜੀ ਨੂੰ ਵੀ ਛੇਤੀ ਖਾਨ ਜੀ ਮੇਰੇ ਕਾਬੂ ਵਿੱਚ ਹੋਣ ਸੋ ਉਹਨੇ ਇਹ ਕੋਸ਼ਿਸ਼ ਕੀਤੀ ਉੱਧਰ ਖਾਨ ਜੀ ਨੂੰ ਜਾ ਸਮਝਾਇਆ ਖਾਨ ਜੀ ਜ਼ਰਾ ਹੁਸ਼ਿਆਰ ਹੋ ਕੇ ਸਮਿਆ ਕਰੋ ਬੀਬੀ ਜੀ ਆਪ ਨੂੰ ਮਾਰਨ ਨੂੰ ਫਿਰਦੇ ਆ ਉੱਧਰ ਵੀ ਭਰਮ ਪਾਤਾ ਉਹਨਾਂ ਨੂੰ ਕਹਿ ਤਾ ਕੰਢੀ ਕੋਲੋਂ ਇੱਕ ਵਾਲ ਕੱਟ ਕੇ ਲਿਆਉਣਾ ਉਹਦਾ ਤਵੀਤ ਬਣਾਉਣਾ ਮੈਂ
اسی طرح خان جی نے ہوں اپنی بڑی تکی تیز تلوار بستر دے ہیٹھ رکھنی شروع کر دیتی جے کر یہ جہا موقع ہویا تو میں گڑا کٹ ہاں اسی طرح ہوں گی کہ جی کوئی موقع تاڑ دین خان جی گوڑی نیند وچ ہون اس ویلے چاقو نال گڈی کول روم کٹ لواں سو اج کراڑے مار رہے ہیں خان جی بیبی جی نو موقع لب گیا اس موقع انہوں نے گڈی کول ایک وال کٹن کی کوشش کی تھی چاقو نال انہوں نے بھی اس گل کے سنسکار پکے ہوئے سن جاگ آ گئی ہاں سمجھا بھی وہ نوکر کہہ رہا سی ٹھیک گل ہے میرا گل وڈن لگی ہے چٹی تلوار اٹھائی ست ٹکڑے کر دیتے یہو جی حال دن چڑھے سارے پتہ لگ گیا خان نے اپنی بیوی جی مار دیتی ہے سارے رشتے داراں پتہ لگ گیا وہ بھی بڑی جشیلی قوم دے بندے سن تو پاسے بڑیاں لڑائیاں ہوئیں اور بہت سارے کچھ تو خون ہو گئے پتہ کچھ نہیں لگتا پوچھن لگے گل کی ہے لوگ پوچھتے ہیں گل کی ہے کتوں چلی گل ہے یہ سبب بھی تو کوئی ہونا چاہیے کوئی کارج ہے جڑا وہ کوئی نہ کوئی کارن ہوتا ہے سبب ہویا کرتا ہے کسی سبب تو کسی کارن تو بنا کوئی کارج نہیں ہویا کرتا لڑائی کا بھی کوئی نہ کوئی کارن ہونا چاہیے ہے کوئی نہیں پتا لگتا اخیر وہ نوکر کہنے لگا میں دس دینا یہ کارن سبب میں دس دینا خان جی نو کہنا خان جی میں آپ تو پہلے ہی معافی منگ لئی سی کھما کرنا میں کتے کتے چگلی کرتا ہوں کہنے لگا گل کچھ بھی نہیں ہے ساری مہربانی چگلی دی ایتھے تک ایک چگلی دے نال دو چون گلاں ادھر ادھر کہن دے نال کتے تک نوبت پہنچ جاندا ساسن چگلی بری بلا ہے نندا دی پہن جتھے نند دا ایہا جا کوڑے پھلن اتنی سزا رکھی ہے نندک واسطے وہ جی سزا چگلی والے نے بھی رکھی گئی ہے ہوں نندکان دے کالے جا کے وچ تر گا I'm not afraid to die.
ਨਿਆਂ ਨਿੰਦਾ ਦਾ ਬੜਾ ਭਾਰਾ ਦੋਸ਼ ਦੱਸਿਆ ਹੈ। ਨਿੰਦਾ ਚੁਗਲੀ ਕਰਕੇ ਕੁਛ ਇੱਧਰਲੀਆਂ ਉੱਧਰਲੀਆਂ ਗੱਲਾਂ ਕਹਿ ਕਹਾ ਕੇ ਰਾਜੇ ਉਤਮਨਪਾਦ ਦੀ ਛੋਟੀ ਰਾਣੀ ਨੇ ਰਾਜਾ ਨੂੰ ਆਪਣੀ ਵੱਡੀ ਭੈਣ ਦੇ ਬਰਖਿਲਾਫ ਕਰ ਦਿੱਤਾ। ਨਤੀਜਾ ਇਹ ਹੋਇਆ, ਰਾਜਾ ਨੇ ਉਸਨੂੰ ਨਾਰਾਜ਼ ਹੋ ਕੇ ਆਪਣੇ ਖਾਸ ਮਹਿਲਾਂ ਤੋਂ ਅਲੈਦਾ ਕਰ ਦਿੱਤਾ। ਉਹਦੀ ਰਹਿਸ਼ ਵਾਸਤੇ ਇੱਕ ਅਲੈਦਾ ਮਕਾਨ ਹਵੇਲੀ ਦੇ ਦਿੱਤੀ, ਖਰਚ ਬੰਨ ਦਿੱਤਾ ਅਤੇ ਇਹ ਹੁਕਮ ਕੀਤਾ, ਤੂੰ ਮੈਨੂੰ ਮਿਲ ਨਹੀਂ ਸਕਦੀ, ਗੱਲਾਂ ਬਾਤਾਂ ਨਹੀਂ ਕਰ ਸਕਦੀ। ਉਹਨਾਂ ਦਿਨਾਂ ਦੇ ਵਿੱਚ ਤਰੂਣ ਨੇ ਜਨਮ ਲੈਣਾ ਸੀ। ਸਮਾਂ ਪਾ ਕੇ ਤਰੂਣ ਦਾ ਜਨਮ ਹੋ ਗਿਆ। ਹੌਲੀ 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 5 ਸਾਲ ਦੀ ਉਮਰ ਹੋ ਗਈ ਤਰੂਣ ਦੀ। ਬੱਚਿਆਂ ਨੂੰ ਖੇਲ ਪਿਆਰੀ ਹੋਇਆ ਕਰਦੀ ਹੈ। ਸਰੀਰ ਦੀਆਂ ਜਿੱਥੇ 3 ਅਵਸਥਾਵਾਂ ਦੱਸੀਆਂ ਹਨ, ਬਾਲ ਜਵਾਨੀ ਔਰ ਬਿਰਧ ਫੁਨ, 3 ਅਵਸਥਾ ਜਾਣ ਕਉ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਬਚਪਨ ਜਵਾਨੀ ਔਰ ਬੁਢਾਪਾ, ਇਹ 3 ਅਵਸਥਾ। ਭਜਨ ਤੋਂ ਬਿਨਾਂ 3 ਬੇਅਰਥ ਹਨ, ਭਜਨ ਦੇ ਨਾਲ 3 ਸਫਲੀਆਂ ਹਨ। ਉੱਥੇ ਥੋੜ੍ਹਾ ਜਿਹਾ ਖੋਲ੍ਹ ਕੇ 10 ਅਵਸਥਾ ਜ਼ਾਹਰ ਕੀਤੀਆਂ ਨੇ ਸਰੀਰ ਦੀਆਂ। ਪਹਿਲੇ ਪਿਆਰ ਲਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸ਼ੁੱਧ, ਤੀਜੇ ਭਈਆ ਭਾਬੀ ਵੇਵ, ਚੌਥੇ ਪਿਆਰ ਫਰਨੀ ਖੇਡ, 5ਵੇਂ ਖਾਣ ਪੀਣ ਕੀ ਥਾਤ, 6ਵੇਂ ਕਾਮਨ ਪੁੱਛੇ ਜਾਤ, 7ਵੇਂ ਸੰਜ ਕੀਆ ਖਰਵਾਸ, 8ਵੇਂ ਕ੍ਰੋਧ ਹੋਆ ਤਨ ਨਾਸ, 9ਵੇਂ ਧੌਲੇ ਉੱਭੇ ਸ਼ਾਹ, 10ਵੇਂ ਦੱਦਾ ਵਾਸ਼ਵਾ, ਗਏ ਸੰਗੀਤ ਪੁਕਾਰੀ ਥਾ, ਉੜਿਆ ਹੰਸ ਦਸਾਇਆ, ਆਇਆ ਗਿਆ ਮੋਇਆ ਨਾ, ਪਿੱਛੋਂ ਪੱਤੋ ਸੱਦਿਓ ਖਾਂ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਇਹ 10 ਹੀ ਅਵਸਥਾਵਾਂ ਜਿਹੜੀਆਂ ਸਰੀਰ ਦੀਆਂ ਖੁੱਲ੍ਹ ਕੇ ਦੱਸੀਆਂ ਹਨ। ਗੁਰੂ ਸ਼ਰਨ ਆਏ ਤੋਂ ਬਿਨਾਂ, ਭਜਨ ਤੋਂ ਬਿਨਾਂ ਬੇਅਰਥ ਹਨ, ਇਉਂ ਦੱਸਦੇ ਹਨ। ਗੁਰਬਿਨ ਡੁੱਬਦੀ ਜਾਂਦੀ ਦੁਨੀਆ, ਗੁਰਬਿਨ ਡੁੱਬਦੀ ਜਾਂਦੀ, ਗੁਰਬਿਨ ਡੁੱਬਦੀ ਜਾਂਦੀ ਹੈ ਦੁਨੀਆ, ਗੁਰਬਿਨ ਡੁੱਬਦੀ ਜਾਂਦੀ। ਚੌਥੇ ਪਿਆਰ ਅਪੰਨੀ ਖੇਡ, ਚੌਥੀ ਅਵਸਥਾ ਜਦੋਂ ਸਰੀਰ ਦੀ ਆਉਂਦੀ ਹੈ ਉਦੋਂ ਬੱਚਿਆਂ ਦਾ ਖੇਲ ਨਾਲ ਪਿਆਰ ਹੁੰਦਾ ਹੈ। ਸਾਰਾ ਸਾਰਾ ਦਿਨ ਖੇਲੀ ਜਾਂਦੇ ਹਨ, ਥਕੇਵਾਂ ਨਹੀਂ ਮੰਨਦੇ, ਗਰਮੀ ਸਰਦੀ ਦੀ ਪਰਵਾਹ ਨਹੀਂ ਜਾਣਦੇ, ਚੰਗੇ ਵਸਤਰ ਹੋਣਗੇ ਮਹਿਲੇ ਕਰ ਦੇਣਗੇ, ਫਾੜ ਦੇਣਗੇ ਕੋਈ ਪਰਵਾਹ ਨਹੀਂ, ਲੇਕਿਨ ਖੇਲ ਪਿਆਰੀ ਹੈ। ਉਹ ਅਵਸਥਾ ਇਹੋ ਜਿਹੀ ਹੈ। ਇਸੀ ਤਰ੍ਹਾਂ ਤਰੂੰ ਵੀ ਆਪਣੇ ਆਉਣ ਦਿਆਂ ਬੱਚਿਆਂ ਨਾਲ
ਰਲ ਮਿਲ ਕੇ ਖੇਡਦਾ ਹੈ। ਬਹੁਤ ਸਾਰੇ ਬੱਚੇ ਇਕੱਠੇ ਹੋ ਜਾਂਦੇ ਨੇ, ਇਕੱਠੇ ਹੋ ਕੇ ਖੇਡਦੇ ਨੇ। ਕਿਤੇ ਕਿਤਾਈ ਉਹ ਰਾਜਾ ਦੇ ਮਹਿਲਾਂ ਵਿੱਚ ਵੀ ਚਲੇ ਜਾਂਦੇ ਸਨ, ਜਿੱਥੇ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਸੀ, ਕਿਉਂਕਿ ਬੱਚੇ ਨਿਰਵੈਰ ਹੁੰਦੇ ਹਨ, ਰਾਗ ਦੁਆਸ਼ ਤੋਂ ਬਰੀ ਹੁੰਦੇ ਹਨ, ਇਸ ਕਰਕੇ ਸਭ ਨੂੰ ਚੰਗੇ ਲੱਗਦੇ ਹਨ। ਉਹਨਾਂ ਨੂੰ ਰਾਜਾ ਦੇ ਮਹਿਲਾਂ ਵਿੱਚੋਂ ਜਾਣੋ ਕੋਈ ਰੋਕ ਨਹੀਂ ਸੀ। ਇਸੇ ਤਰ੍ਹਾਂ ਇੱਕ ਦਿਨ ਦਾ ਜ਼ਿਕਰ ਕਰੂੰ, ਹੋਰ ਬੱਚਿਆਂ ਦੇ ਸਮੇਤ ਖੇਡਦੇ ਖੇਡਦੇ ਸਾਰੇ ਹੀ ਰਾਜਾ ਦੇ ਮਹਿਲਾਂ ਵਿੱਚ ਜਾ ਪਹੁੰਚੇ, ਜਿੱਥੇ ਰਾਜਾ ਇਕੱਲਾ ਬੈਠਾ ਸੀ। ਪਿਆਰ ਕਰਕੇ ਤੇ ਪਿਤਾ ਨੇ ਕੁਛ ਲੈ ਲਿਆ, ਹੱਸਦਾ ਹੱਸਦਾ ਕਰ ਲੂੰਗਾ। ਪਿਆਰ ਕਰਕੇ ਤੇ ਪਿਤਾ ਨੇ ਕੁਛ ਲੈ, ਹੱਸਦਾ ਹੱਸਦਾ ਕਰ ਲੂੰਗਾ। ਪਿਆਰ ਪਿਓ ਪਿਛੜ ਲੀਤਾ, ਤਰੂੰ ਹੋਰ ਬੱਚਿਆਂ ਨਾਲ ਖੇਡਦਾ ਖੇਡਦਾ ਰਾਜਾ ਬੈਠਾ ਸੀ, ਉਸਦੇ ਮਹਿਲਾਂ ਵਿੱਚ ਪਹੁੰਚ ਗਏ। ਬੱਚੇ ਖੇਡ ਰਹੇ ਹਨ, ਰਾਜਾ ਇਕੱਲਾ ਬੈਠਾ ਪੁੱਛਣਾ ਸ਼ੁਰੂ ਕਰ ਦਿੰਦਾ ਹੈ, ਇਹ ਕਿਸ ਦਾ ਬੱਚਾ, ਇਹ ਕਿਹਦਾ ਬੱਚਾ। ਉਹਨਾਂ ਵਿੱਚੋਂ ਜਿਹੜਾ ਸਿਆਣਾ ਸੀ ਸਭ ਵਿੱਚੋਂ ਦੱਸਦਾ ਚਲਾ ਗਿਆ ਹੈ, ਉਹਦਾ ਉਹਦਾ। ਤਰੂੰ ਦੀ ਵਾਰੀ ਆਈ, ਉਸਦੀ ਬਾਬਤ ਦੱਸਿਆ ਵੀ ਇਹ ਉਹ ਮਕਾਨ ਵਿੱਚ ਇੱਕ ਮਾਈ ਰਹਿੰਦੀ ਹੈ, ਉਸਦਾ ਲੜਕਾ ਹੈ। ਜਦੋਂ ਰਾਜਾ ਨੇ ਇਹ ਗੱਲ ਸੁਣੀ, ਆਪਣੇ ਖੂਨ ਨੇ ਜੋਸ਼ ਖਾਧਾ, ਸਮਝੇ ਤਾਂ ਮੇਰਾ ਹੀ ਪੁੱਤਰ ਹੈ। ਮੋਹ ਨੇ ਖਿੱਚ ਖਾਧੀ ਚਾਠੀ, ਤਰੂਣ ਗੋਦ ਵਿੱਚ ਬਿਠਾ ਕੇ ਪਿਆਰ ਕਰਨਾ ਸ਼ੁਰੂ ਕਰ ਦਿੱਤਾ।
ਤਰੂੰ ਅਸਦਾ ਖਰੇ ਆਇਆ ਕਰ ਪਿਆਰ ਪਿਓ ਪੁੱਛੜ ਲੀਤਾ। ਸੋ ਤਰੂੰ ਨੂੰ ਪਿਆਰ ਕਰ ਰਿਹਾ ਸੀ। ਇਹ ਗੱਲਬਾਤ ਸਾਰੀ ਤਰੂੰ ਦੀ ਮਾਸੀ ਤਰੂੰ ਦੀ ਮਤਰੇਈ ਅੰਦਰ ਚਿਕਤਾਈ ਸੁਣ ਰਹੀ ਸੀ। ਉਸ ਤੋਂ ਇਹ ਗੱਲ ਬਰਦਾਸ਼ਤ ਨਾ ਹੋ ਸਕੀ। ਚਿੱਤ ਵਿੱਚ ਈਰਖ ਦੀ ਅਗਨੀ ਪ੍ਰਜਵਲਿਤ ਹੋਈ। ਚੱਟ ਹੀ ਚੀਕ ਉਠਾ ਕੇ ਤਰੂੰ ਨੂੰ ਬਾਂਹ ਤੋਂ ਫੜ ਕੇ ਰਾਜਾ ਦੀ ਗੋਦ ਵਿੱਚੋਂ ਜ਼ਮੀਨ 'ਤੇ ਪਟਕ ਮਾਰਿਆ। ਉੱਠਦੇ ਦੇ ਦੋ ਚਪੇੜਾਂ, ਇੱਕ ਸੱਜੇ ਪਾਸੇ ਮੂੰਹ ਅਤੇ ਖੱਬੇ ਪਾਸੇ। ਇਹ ਲਫ਼ਜ਼ ਵੀ ਕਿਹਾ, ਜੇਕਰ ਰਾਜਾ ਦੀ ਗੋਦ ਵਿੱਚ ਬੈਠਣਾ ਸੀ ਜਾਂ ਰਾਜਾ ਦਾ ਪਿਆਰ ਲੈਣਾ ਸੀ ਤਾਂ ਮੈਥੋਂ ਜਨਮ ਲੈਂਦਾ, ਉਸ ਪੁੱਤਰੀ ਦੀ ਕੁੱਖੋਂ ਕਿਉਂ ਜੰਮਿਆ ਹੈ। ਇਹ ਲਫ਼ਜ਼ ਵੀ ਕਹੇ, ਚਪੇੜਾਂ ਇਹ ਸੱਟ ਵੱਜੀ, ਦੂਸਰੇ ਬੋਲੀ ਦੀ ਸੱਟ ਉਦਮ ਵੀ ਜ਼ਿਆਦਾ ਦੁਖਦਾਈ ਹੁੰਦੀ। ਤਰੂੰ ਸਿਆਣਾ ਸੀ, ਭਾਵੇਂ 5 ਸਾਲ ਦੀ ਉਮਰ ਸੀ, ਹੈ ਡਸਕੋਰੇ ਲੈਂਦਾ ਹੋਇਆ ਘਰ ਨੂੰ ਆ ਜਾਂਦਾ ਹੈ। ਖਾਂਤਰ ਬਤਰ ਹਨੂੰ ਲਾਲੋ ਲਾਲ ਹੈ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਬਾਹੋਂ ਪਕੜੀ ਉਠਾ ਲਿਆ, ਬਾਹੋਂ ਪਕੜੀ ਉਠਾ ਲਿਆ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਸੋਇਓ ਦਸਕੋਰੇ ਲੈਂਦਾ ਖਰਾ ਪਹੁੰਚਾ, ਅੱਜ ਪਹਿਲਾ ਦਿਨ ਹੈ ਤਰੂੰ ਦੀ ਮਾਤਾ ਨੇ ਆਪਣੇ ਪੁੱਤਰ ਦੀ ਇਹੋ ਜਿਹੀ ਦਿਸ਼ਾ ਦੇਖੀ। ਪ੍ਰਭੂ ਦੀ ਭਗਤੀ ਵਿੱਚ ਔਰ ਉਸ ਬੱਚੇ ਦੇ ਮੋਹ ਵਿੱਚ ਸਮਾਂ ਬਤੀਤ ਕਰ ਰਹੀ ਸੀ, ਹੋਰ ਕੋਈ ਆਸਰਾ ਨਹੀਂ। ਇਉਂ ਇਹੋ ਜਿਹੀ ਹਾਲਤ ਦੇਖ ਕੇ ਗੋਦ ਵਿੱਚ ਬਿਠਾਇਆ, ਪੁੱਛਣਾ ਸ਼ੁਰੂ ਕੀਤਾ, ਸੱਚ ਦੱਸ ਬੇਟਾ ਤੈਨੂੰ ਕਿਸੇ ਨੇ ਕੀ ਕੁਛ ਕਿਹਾ ਹੈ, ਇਹੋ ਜਿਹੀ ਹਾਲਤ ਤੇਰੀ ਹੋਈ, ਅਤੇ ਸੱਚ ਸੱਚ ਦੱਸ ਅਸਲੀ ਗੱਲ ਕੀ ਹੈ। ਇਹ ਗੱਲ ਸੁਣ ਕੇ ਤਰੂ ਨੇ ਸਾਰੀ ਹਕੀਕਤ ਖੋਲ ਦੱਸੀ। ਮਾਤਾ, ਪਹਿਲੇ ਵੀ ਸਾਰੇ ਬੱਚੇ ਖੇਲਦੇ ਖੇਲਦੇ ਰਾਜਾ ਦੇ ਮਹਿਲਾਂ ਵਿੱਚ ਚਲੇ ਜਾਂਦੇ ਸਨ, ਅੱਜ ਵੀ ਚਲੇ ਗਏ। ਅੱਜ ਇਸੀ ਤਰ੍ਹਾਂ ਰਾਜਾ ਨੇ ਸਭ ਦੀ ਬਾਬਤ ਪੁੱਛਣਾ ਸ਼ੁਰੂ ਕਰ ਦਿੱਤਾ, ਇਹ ਕਿਸ ਦਾ ਬੱਚਾ ਹੈ, ਕਿਸ ਦਾ ਬੱਚਾ ਹੈ। ਮੇਰੀ ਵਾਰੀ ਆਈ, ਉਹਨਾਂ ਵਿੱਚੋਂ ਦੱਸਣ ਵਾਲੇ ਨੇ ਦੱਸਿਆ ਵੀ ਇਹ ਫਲਾਣੇ ਮਕਾਨ ਵਿੱਚ ਕਮਾਈ ਰਹਿੰਦੀ, ਉਸਦਾ ਪੁੱਤਰ ਹੈ। ਪਤਾ ਨਹੀਂ ਰਾਜਾ ਦੀ ਦੇ ਖਿਆਲ ਵਿੱਚ ਕੀ ਗੱਲ ਆਈ, ਉਸਨੇ ਗੋਦ ਵਿੱਚ ਬਿਠਾ ਕੇ ਪਿਆਰ ਕਰਨਾ ਸ਼ੁਰੂ ਕਰ ਦਿੱਤਾ। ਅੰਦਰੋਂ ਇੱਕ ਮਾਈ ਆਈ, ਉਸਨੇ ਬਾਂਹ ਤੋਂ ਫੜ ਕੇ ਮੈਨੂੰ ਜ਼ਮੀਨ 'ਤੇ ਪਟਕ ਮਾਰਿਆ, ਚਪੇੜਾਂ ਵੀ 2 ਮਾਰੀਆਂ। ਇਹ ਲਫ਼ਜ਼ ਵੀ ਕਹੇ, ਜੇਕਰ ਰਾਜਾ ਦੀ ਗੋਦ ਵਿੱਚ ਬੈਠਣਾ ਸੀ, ਇਸਦਾ ਪਿਆਰ ਲੈਣਾ ਸੀ, ਅਤੇ ਮੈਥੋਂ ਜਨਮ ਲੈਂਦਾ, ਉਹ ਤੋਂ ਕਿਉਂ ਜੰਮੇ। ਇਹ ਲਫ਼ਜ਼ ਕਹੇ, ਪਤਾ ਨਹੀਂ ਕੌਣ ਸੀ ਕੌਣ। ਜਦੋਂ ਇਹ ਗੱਲ ਤਰੂਣ ਨੇ ਕਹੀ, ਤਰੂਣ ਦੀ ਮਾਤਾ ਸਮਝ ਗਈ ਵੀ ਮੇਰੀ ਹੀ ਭੈਣ ਹੈ, ਜਿਸਨੇ ਪਹਿਲੇ ਇਤਨਾ ਦੁਸ਼ ਕੀਤਾ, ਰਾਜਾ ਦੀ ਨਾਰਾਜ਼ਗੀ ਮੇਰੇ ਉੱਪਰ ਹੋਈ, ਖਾਸ ਮਹਿਲਾਂ ਵਿੱਚੋਂ ਅਲੈਦਾ ਕਰ ਦਿੱਤਾ ਗਿਆ, ਹੁਣ ਬੱਚਿਆਂ ਨਾਲ ਕੀ ਵਿਰੋਧ, ਪਰ ਈਰਖਾ ਹਸਦ ਸੜੇਵਾਂ, ਇਹ ਇਹੋ ਜਿਹੀ ਮਨ ਦੀ ਬਿਮਾਰੀ ਹੈ, ਸ਼ਾਸਨ ਕਦੇ ਮਨ ਨੂੰ ਸ਼ਾਂਤ ਨਹੀਂ ਹੋਣ ਦਿੰਦਾ। ਇਹਨੂੰ ਮਨ ਦੀ ਤਪਦਿਕ ਦੱਸਿਆ ਹੈ, ਕਿਸੇ ਦੇ ਗੁਣੇਸ਼ਵਰ ਵਿੜਾਈਆਂ ਆਦਿ ਦੇਖ ਕੇ ਚਿੱਤ ਵਿੱਚ ਜਲਣਾ। ਸਹੀਓ ਇਸ ਕਰਕੇ ਤਰੂਣ ਦੀ ਮਾਤਾ ਨੇ ਕਿਹਾ, ਠੀਕ ਹੈ ਬੇਟਾ, ਤੇਰੀ ਮਾਸੀ ਠੀਕ ਕਹਿੰਦੀ ਹੈ, ਤੇਰਾ ਵਾਕਈ ਰਾਜਾ ਦੀ ਗੋਦ ਵਿੱਚ ਬੈਠਣ ਦਾ ਹੱਕ ਨਹੀਂ ਸੀ, ਸਾਡਾ ਪਿਛਲੇ ਜਨਮ ਦਾ ਕੁਛ ਤਪ ਦੇ ਵਿੱਚ ਵਿਘਨ ਹੈ। ਤਪੱਸਿਆ ਤਾਂ ਕੀਤੀ ਹੈ, ਰਾਜ ਭਾਗ ਦੀ ਇੱਛਾ ਰੱਖ ਕੇ ਛੈਂ ਵੀ ਕੀਤੀ, ਮੈਂ ਵੀ ਕੀਤੀ, ਮੈਂ ਰਾਜਾ ਦੇ ਘਰ ਜਨਮ ਲਿਆ, ਰਾਜਾ ਦੀ ਲੜਕੀ, ਰਾਜਾ ਦੇ ਘਰ ਸ਼ਾਦੀ ਹੋਈ, ਪਰ ਨਾਰਾਜ਼ਗੀ ਰਾਜਾ ਦੀ, ਪਿਛਲੇ ਜਨਮ ਦੀ ਤਪੱਸਿਆ ਦੀ ਭੰਗਣਾ ਇਹ ਨਿਸ਼ਾਨੀ ਹੈ, ਅਤੇ ਬਾਕੀ ਤੂੰ ਵੀ ਰਾਜਪੁੱਤਰ ਹੈ,
ਤੇਰੇ ਤੈਂ ਵੀ ਪਿਛਲੇ ਜਨਮ ਚ ਪ੍ਰਤੀਤ ਹੁੰਦਾ ਤਪੱਸਿਆ ਤਾਂ ਕੀਤੀ ਹੈ ਰਾਜ ਭਾਗ ਦੀ ਇੱਛਾ ਰੱਖੇ ਲੇਕਿਨ ਵਿਘਨ ਹੈ ਕਮੀ ਹੈ ਕਮਜ਼ੋਰੀ ਹੈ ਜਿਸ ਕਰਕੇ ਪੂਰਾ ਪੂਰਾ ਲਾਭ ਨਹੀਂ ਤੈਨੂੰ ਪ੍ਰਾਪਤ ਹੋਇਆ ਇਹ ਸਾਡੇ ਦੋਨਾਂ ਦਾ ਐਸਾ ਹੀ ਭੰਗਣਾ ਪ੍ਰਤੀਤ ਹੁੰਦੀ ਹੈ ਇਉਂ ਜਵਾਬ ਦਿੰਦੀ ਹੈ ਮਾਤਾ ਲਾਲ ਵੇ ਭਗਤੀ ਨਾ ਕੀਤੀ ਰੱਬ ਦੀ ਬੱਚੀਆ ਭਗਤੀ ਨਾ ਕੀਤੀ ਰੱਬ ਦੀ ਸੁਣੀਤਾ ਸੁਹਾਣੀ ਹੈ ਜਨਮ ਦੀ ਨਾਮ ਭਗਤੀ ਕਰਮ ਦੜੀਤਾ ਸਬੱਬ ਦੱਸਿਆ ਸਾਡੇ ਦੋਨਾਂ ਦੇ ਨਿਰਾਦਰ ਦਾ ਕਾਰਨ ਪਿਛਲੇ ਜਨਮ ਦੀ ਤਪੱਸਿਆ ਦੇ ਵਿੱਚ ਭੰਗਣਾ ਹੈ ਜੋ ਕੁਛ ਇਨਸਾਨ ਨੂੰ ਪ੍ਰਾਪਤ ਹੁੰਦਾ ਆਪਣੇ ਪੁਰਸ਼ਾਰਥ ਨਾਲ ਹੀ ਮਿਲਦਾ ਹੈ ਆਪਣੇ ਉੱਦਮ ਨਾਲ ਹੀ ਮਿਲਦਾ ਹੈ ਪਿਛਲੇ ਜਨਮ ਦੇ ਵਿੱਚ ਰਾਜ ਭਾਗ ਦੀ ਇੱਛਾ ਰੱਖ ਕੇ ਭਜਨ ਬੰਦਗੀ ਕੀਤੀ ਤਪੱਸਿਆ ਕੀਤੀ ਉਸਦਾ ਫਲ ਹੀ ਰਾਜ ਹੈ ਪਰ ਵਿੱਚ ਦੀ ਕਈ ਵਿਘਨ ਪਏ ਹੁੰਦੇ ਨੇ ਉਹ ਰੁਕਾਵਟ ਰੂਪ ਹੋਇਆ ਕਰਦੇ ਇਸ ਕਰਕੇ ਜੇ ਪਿਛਲੇ ਜਨਮ ਦੀਆਂ ਰੁਕਾਵਟਾਂ ਹਨ ਹੁਣ ਉਹਨਾਂ ਨੂੰ ਤੁਰਤਾ ਜਾ ਸਕਦਾ ਸੋ ਸਾਧ ਸੰਗਤ ਜਦੋਂ ਵਿਚਾਰ ਕਰਕੇ ਦੇਖਿਆ ਜਾਏ ਜਿਤਨੇ ਸਰੀਰ ਹਨ ਇਹ ਪਿਛਲੇ ਜਨਮਾਂ ਦੇ ਕਰਮਾਂ ਦਾ ਫਲ ਹੈ ਸਰੀਰ ਕੁਛ ਨਹੀਂ ਕਰਮਾਂ ਨੇ ਸ਼ਕਲਾਂ ਤਾਰੀਆਂ ਹਨ ਸੰਬੰਧ ਜਿਹੜੇ ਹਨ ਇਹ ਵੀ ਪਿਛਲੇ ਕਰਮਾਂ ਦੀਆਂ ਹੀ ਸ਼ਕਲਾਂ ਤਾਰੀਆਂ ਹੋਈਆਂ ਹਨ ਕਿਸੇ ਤੋਂ ਸੁੱਖ ਕਿਸੇ ਤੋਂ ਦੁੱਖ ਦੀ ਪ੍ਰਾਪਤੀ ਹੋਈ ਜਾਂਦੀ ਹੈ ਔਰ ਇਹਦੇ ਵਿੱਚ ਕਿਸੇ ਦਾ ਦੋਸ਼ ਨਹੀਂ ਦੱਦਾ ਦੋਸ਼ ਨੂੰ ਦੇਵ ਪਿਛੇ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਨਾ ਸੁੱਖ ਦੁੱਖ ਪੂਰਵ ਜਨਮ ਕੇ ਲੀਏ ਸੋ ਜਾਣੇ ਜਿਨ ਦਾਤੇ ਦੀਏ ਕਿਸ ਕੋ ਦੋਸ਼ ਦੇਣ ਤੂੰ ਪੁਰਾਣੇ ਸੋ ਆਪਣਾ ਕੀਆ ਕਰਾਰਾ ਹੈ ਸੁੱਖ ਦੁੱਖ ਜੋ ਮਿਲ ਰਹੇ ਨੇ ਪ੍ਰਾਣੀ ਨੂੰ ਪਿਛਲੇ ਕਰਮਾਂ ਦਾ ਫਲ ਹੈ ਕਿਉਂਕਿ ਸਰੀਰ ਪਿਛਲੇ ਕਰਮਾਂ ਦਾ ਰਚਿਤ ਹੈ ਕਰਮ ਸ਼ੁਭ ਅਸ਼ੁਭ ਦੋ ਕਿਸਮ ਦੇ ਹੋਇਆ ਕਰਦੇ ਹਨ ਸ਼ੁਭ ਕਰਮਾਂ ਦਾ ਫਲ ਸੁੱਖ ਅਸ਼ੁਭ ਦਾ ਦੁੱਖ ਹੋਇਆ ਕਰਦਾ ਹੈ ਜਿਸ ਵਕਤ ਪਿਛਲੇ ਸ਼ੁਭ ਕਰਮ ਫਲ ਦੇਣ ਨੂੰ ਸਨਮੁਖ ਹੋਇਆ ਕਰਦੇ ਹਨ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਅਸ਼ੁਭ ਕਰਮ ਫਲ ਦੇਣ ਨੂੰ ਸਨਮੁਖ ਹੁੰਦੇ ਹਨ ਦੁੱਖ ਦੀ ਪ੍ਰਾਪਤੀ ਹੁੰਦੀ ਹੈ ਦੁੱਖਾਂ ਨੂੰ ਕੈਂਸਲ ਕੀਤਾ ਜਾ ਸਕਦਾ ਹੈ ਸੁੱਖ ਵੀ ਕੈਂਸਲ ਹੋ ਜਾਇਆ ਕਰਦੇ ਹਨ
ਕੱਪੜੇ 'ਚ ਮੈਲ ਵੀ ਪੈ ਜਾਂਦੀ ਹੈ, ਮੈਲ ਧੋਤੀ ਵੀ ਜਾ ਸਕਦੀ ਹੈ। ਅਗਰ ਕੱਪੜੇ 'ਚੋਂ ਮੈਲ ਕੱਢਣੀ ਹੋਵੇ ਕੱਢ ਸਕਦੇ ਹਾਂ, ਹੋਰ ਪਾਉਣੀ ਹੋਰ ਵੀ ਪਾ ਸਕਦੇ ਹਾਂ। ਇਸੇ ਤਰ੍ਹਾਂ ਕਰਮ ਜਿਹੜੇ ਹਨ ਇਹਨਾਂ ਵਿੱਚ ਘਾਟਾ ਵਾਧਾ ਹੋ ਜਾਂਦਾ ਹੈ। ਦੇਖੋ ਨਾ, ਇੱਕ ਦਫ਼ਾ ਦਾ ਜ਼ਿਕਰ ਸਤਿਗੁਰੂ ਨਾਨਕ ਦੇਵ ਮਹਾਰਾਜ ਜਲੰਧਰ ਦੀ ਸਾਰ ਕਰ ਰਹੇ, ਕਿਸੇ ਛੋਟੇ ਜਿਹੇ ਸ਼ਹਿਰ ਦੇ ਬਾਹਰ ਚੁਮਾਸੇ ਦਾ ਮੌਸਮ ਹੋਣ ਕਰਕੇ ਰਿਹਾਇਸ਼ ਕਰ ਦਿੰਦੇ ਹਾਂ। ਉੱਚਾ ਟਿੱਬਾ, ਇੱਕ ਇਹੋ ਜਿਹਾ ਦਰਖਤ ਉਹਦੇ ਉੱਪਰ ਮਾਨੋ ਤੰਬੂ ਲੱਗਿਆ, ਉਸਦੇ ਹੇਠਾਂ ਆਸਣ ਲਗਾ ਦਿੱਤੇ। ਤੀਸਰਾ ਪਹਿਰ ਮਰਦਾਨਾ ਕੀਰਤਨ ਕਰਨਾ ਸ਼ੁਰੂ ਕਰ ਦਿੰਦਾ ਹੈ। ਭਾਈ ਬਾਲਾ ਗੁਰੂ ਬਾਬਾ ਜੀ ਨੂੰ ਚਮਰ ਕਰ ਰਿਹਾ ਹੈ, ਮਰਦਾਨਾ ਕੀਰਤਨ ਕਰ ਰਿਹਾ। ਗੁਰੂ ਬਾਬਾ ਜੀ ਸਮਾਧ ਅਸਥਿਤ ਹਨ। ਸੋ ਸੂਰਜ ਛਿਪਣ ਵਾਲਾ ਹੋਇਆ, ਇੱਕ ਕੋਈ ਦੁਕਾਨਦਾਰ ਸਵਖਤੇ ਦੁਕਾਨ ਬੰਦ ਕਰਕੇ ਬਾਹਰ ਨਿਕਲਿਆ ਫਿਰਨ ਤੁਰਨ ਵਾਸਤੇ। ਉਸ ਤਰਫ ਨਿਕਲ ਆਇਆ, ਕੀ ਦੇਖਦਾ ਹੈ, ਤਿੰਨ ਫਕੀਰ ਬੈਠੇ ਹਨ। ਸੋ ਮਰਦਾਨਾ ਕੀਰਤਨ ਕਰਦਾ ਹੈ, ਭਾਈ ਵਾਲਾ ਚਮਰ ਕਰਦਾ ਹੈ, ਗੁਰੂ ਬਾਬਾ ਜੀ ਨੇਤਰ ਮੀਠ ਸਮਾਧੀ ਵਿੱਚ ਲੀਨ ਹਨ। ਕਿਉਂ ਆਪ ਵੀ ਬੈਠ ਗਿਆ, ਮਨ ਨੂੰ ਬੜੀ ਸ਼ਾਂਤੀ ਆਈ, ਠੰਡ ਆਈ। ਉਸ ਤੋਂ ਬਾਅਦ ਪੁੱਛਿਆ ਭਾਈ ਵਾਲੇ ਨੂੰ ਭੋਜਨ ਪਾਣੀ ਦਾ ਇੰਤਜ਼ਾਮ। ਉਸਨੇ ਕਿਹਾ, ਨਾਨਕ ਨਿਰੰਕਾਰੀ ਹੈ, ਸਵਾਲ ਨਹੀਂ ਕਿਸੇ ਨੂੰ ਪਾਉਂਦੇ। ਪ੍ਰੇਮ ਨਾਲ ਕੋਈ ਲੈ ਆਉਂਦਾ ਹੈ ਉਹਦਾ ਪ੍ਰੇਮ ਪੂਰਾ ਕਰ ਦਿੰਦੇ, ਨਹੀਂ ਪਾਉਣੋ ਹਾਰੀ ਰਹਿੰਦੇ ਹੈ, ਇਤਿਹਾਸ ਦੇ ਸਵਾਲ ਹਨ। ਉਸਨੇ ਰੋਜ਼ ਹੀ ਇਸ ਵਕਤ ਦੁਕਾਨ ਬੰਦ ਕਰਨੀ ਸ਼ੁਰੂ ਕਰ ਦਿੱਤੀ। ਕੁਛ ਭੋਜਨ ਤਿਆਰ ਕਰਵਾ ਕੇ ਲੈ ਜਾਣਾ, ਸੇਵਾ ਕਰਨੀ, ਕੀਰਤਨ ਸੁਣਨਾ, ਰੋਜ਼ਾਨਾ ਇਹ ਨਿਯਮ ਬਣ ਲਿਆ ਉਸਨੇ। ਕਈ ਦਿਨ ਗੁਜ਼ਰ ਗਏ, ਉਸਦਾ ਇੱਕ ਗੁਆਂਢੀ ਦੁਕਾਨਦਾਰ ਸੀ, ਉਹ ਪੁੱਛਣ ਲੱਗਾ, ਬਈ ਕੀ ਗੱਲ ਉਹਨਾਂ ਦਿਨਾਂ ਦੇ ਵਿੱਚ ਅੱਜ ਕੱਲ੍ਹ ਵਾਂਗੂ ਵਕਤ ਨਹੀਂ ਸਨ ਦੁਕਾਨਾਂ ਦੇ ਖੁੱਲ੍ਹਣ ਦੇ ਅਤੇ ਬੰਦ ਹੋਣ ਦੇ। ਉਹ ਕਹਿਣ ਲੱਗਾ, ਕੀ ਗੱਲ, ਇਸ ਵਕਤ ਰੋਜ਼ ਹੀ ਦੁਕਾਨ ਬੰਦ ਕਰ ਜਾਂਦਾ ਹੈ, ਦੁਕਾਨਦਾਰ ਦਾ ਤਾਂ ਕੰਮ ਹੈ ਇਸ ਵਕਤ ਦੁਕਾਨ ਖੋਲ੍ਹੇ ਅਤੇ ਵੱਡੀ ਰਾਤਗੀਆਂ ਬੰਦ ਕਰੇ ਤਾਂ ਕੁਛ ਖੱਟਦਾ ਹੈ, ਉਸ ਵਕਤ ਹੀ ਬੰਦ ਕਰ ਜਾਂਦਾ। ਉਹ ਪ੍ਰੇਮੀ ਕਹਿਣ ਲੱਗਾ, ਬਈ ਗੱਲ ਤਾਂ ਠੀਕ ਹੈ ਤੇਰੀ, ਫਿਰ ਵੀ ਬਾਹਰ ਤਿੰਨ ਸੰਤ ਉਤਰੇ ਹੋਏ ਹਨ, ਉਹਨਾਂ ਦਾ ਦਰਸ਼ਨ ਕੀਤਾ, ਬੜੀ ਮਨ ਨੂੰ ਸ਼ਾਂਤ ਆਈ, ਜਾ ਕੇ ਕੀਰਤਨ ਸੁਣੀਦਾ, ਦਰਸ਼ਨ ਕਰੀਦਾ ਹੈ, ਜਿਤਨਾ ਸਰਦਾ ਹੈ ਸੇਵਾ ਕਰੀਦੀ ਹੈ, ਭੋਜਨ ਵਗੈਰਾ ਬਣਵਾ ਕੇ ਲੈ ਜਾਈਦਾ, ਇਉਂ ਅਸੀਂ ਇਉਂ ਆਪਣਾ ਥੋੜ੍ਹਾ ਬਹੁਤਾ ਭਲਾ ਗ੍ਰਸਤੀ ਕਰ ਸਕਦੇ ਹਾਂ। ਇਹ ਸੁਣ ਕੇ ਮਨ ਨੂੰ ਸ਼ਾਂਤ ਆਉਂਦੀ, ਹਾਂ ਕਹਿਣ ਲੱਗਾ, ਇਹ ਜੀ ਮਨ ਦੀ ਸ਼ਾਂਤ, ਮਨ ਦੀ ਠੰਡ ਹੋਰ ਕਿਤੇ ਨਸੀਬ ਨਹੀਂ ਹੋਈ ਮੈਨੂੰ ਤਾਂ ਸਾਰੀ ਜ਼ਿੰਦਗੀ ਵਿੱਚ। ਉਹ ਕਹਿੰਦੇ, ਮੈਨੂੰ ਵੀ ਲੈ ਚੱਲ। ਗੁਆਂਢੀ ਦੁਕਾਨਦਾਰ ਕਹਿੰਦੇ, ਮੈਨੂੰ ਵੀ ਲੈ ਚੱਲ। ਅਤੇ ਉਹਨੂੰ ਕਹਿਣ ਲੱਗੇ, ਤੇਰੇ ਵਾਸਤੇ ਕਿਹੜਾ ਦਰਵਾਜ਼ੇ ਬੰਦ ਹਨ, ਜੈਂਦ ਰਾਵਤ ਜਾਤ ਹੈ, ਹਟਕੇ ਨਾਹੀਂ ਕੋਏ, ਸੁਧਰ ਕੈਸੇ ਛੋਬੀਏ ਜੋਧਰ ਐਸਾ ਹੋਏ। ਕੋਈ ਦਰਵਾਜ਼ੇ ਨੂੰ ਜਿੰਦੇ ਤਾਂ ਨਹੀਂ ਲੱਗੇ, ਤੂੰ ਚਲਾ ਚੱਲ, ਉੱਥੇ ਹਰੀ ਜਾ ਸੁਣਦਾ, ਤੂੰ ਸੁਣਿਆ, ਤੂੰ ਲਾਭ ਉਠਾ। ਉਹ ਵੀ ਦੁਕਾਨ ਬੰਦ ਕਰਕੇ ਚੱਲ ਪਿਆ। ਪ੍ਰਸਾਦ ਸਿੰਘ ਕੋਈ ਪੂਰਵਲੇ ਮਾੜੇ ਕਰਮ, ਸਤਸੰਗ ਵਿੱਚ ਆਉਣ ਨਹੀਂ ਦਿੰਦੇ, ਭਜਨ ਕਰਨ ਨਹੀਂ ਦਿੰਦੇ, ਪ੍ਰਤੀਬੰਧ ਹੁੰਦੇ, ਰੁਕਾਵਟ ਰੂਪ ਹੋ ਜਾਇਆ ਕਰਦੇ ਹਨ। ਰਸਤੇ 'ਚ ਆਉਂਦਿਆਂ ਆਉਂਦਿਆਂ ਉਹ ਬੁਰੇ ਪਾਸੇ ਜਾਣ ਲੱਗ ਪਿਆ। ਇਹ ਗੁਰੂ ਦਾ ਪ੍ਰੇਮੀ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਜਾਂਦਾ, ਹੁਣ ਦੋਨਾਂ ਨੇ ਇੱਕੋ ਵੇਲੇ ਦੁਕਾਨਾਂ ਬੰਦ ਕਰਨੀਆਂ। ਉਹਨੇ ਬੁਰੇ ਪਾਸੇ ਜਾਣਾ, ਉਹਨੇ ਗੁਰੂ ਬਾਬਾ ਜੀ ਦੇ ਦਰਸ਼ਨਾਂ ਨੂੰ ਜਾਣਾ। ਇਸੇ ਤਰ੍ਹਾਂ ਕਈ ਦਿਨ ਵਰਤ ਵਰਤਾਰਾ ਹੁੰਦਾ ਚਲਾ ਗਿਆ। ਇੱਕ ਦਿਨ ਵਿਚਾਰ ਕੀਤੀ, ਪੁੱਛਣ ਲੱਗਾ ਇੱਕ ਸੰਗੀ ਆਦਮੀ, ਭਾਈ ਤੂੰ ਕਿਹੜੇ ਵੇਲੇ ਮੁੜਦਾ ਹੁੰਦਾ, ਬਈ ਕਿਸ ਵਕਤ ਮੁੜਦਾ ਹੁੰਦਾ? ਉਸਨੇ ਕਿਹਾ, ਹਾਂ ਕੁਛ ਰਾਤ ਗੁਜ਼ਰ ਜਾਂਦੀ ਹੈ ਤਾਂ ਮੁੜੀਂਦਾ, ਉਹਨਾਂ ਦੇ ਘਰ ਵੀ ਨਾਲ ਨਾਲ ਹੀ ਸੰਦਰ ਸਨ। ਸੋ ਕਹਿਣ ਲੱਗਾ, ਜੇ ਪਹਿਲਾਂ ਮੈਂ ਆ ਗਿਆ ਮੈਂ ਇੱਥੇ ਬਹਿ ਜਾਊਂਗਾ, ਤੂੰ ਪਹਿਲਾਂ ਤੂੰ ਇੱਥੇ, ਆਪਾਂ ਘਰ ਵੀ ਇਕੱਠੇ ਹੀ ਚੱਲਣਾ ਹੈ। ਇਹ ਮਤਾਂ ਉਹਨਾਂ ਪਕਾ ਲਿਆ। ਗੁਰੂ ਜੀ ਦਾ ਪ੍ਰੇਮੀ ਤਾਂ ਉੱਧਰ ਨੂੰ ਚਲਾ ਗਿਆ। ਇਹ ਜਿੱਥੇ ਰੋਜ਼ ਜਾਂਦਾ ਹੁੰਦਾ ਸੀ ਕਿਤੇ ਬੁਰੇ ਕਰਤੱਬ ਨੂੰ, ਉੱਥੇ ਗਿਆ ਤਾਂ ਉੱਥੇ ਜਿੰਦਰਾ ਵੱਜਿਆ, ਐ ਨਹੀਂ ਮੁੜ ਕੇ ਆ ਕੇ ਉੱਥੇ ਬਹਿ ਗਿਆ ਜਿੱਥੇ ਦਾ ਇਹਨਾਂ ਨੇ ਮਤਾਂ ਪਕਾਇਆ ਸੀ। ਉਦਾਸ ਹੈ ਚਿੱਤ ਪੁੱਛੇ, ਉਦਾਸ ਆਦਮੀ ਕਦੇ ਉਂਗਲਾਂ ਪਾਉਂਦਾ, ਉਂਗਲਾਂ ਦੀਆਂ ਗੰਢਾਂ ਪਾਉਂਦਾ, ਮਿੱਟੀ ਫਰੋਲਦਾ, ਡੱਕੇ ਤੋੜਦਾ, ਇਹੋ ਜਿਹੀਆਂ ਹਰਕਤਾਂ ਕਰਿਆ ਕਰਦਾ। ਬੈਠੇ ਬੈਠੇ ਉਸਨੇ ਮਿੱਟੀ ਫਰੋਲਣੀ ਸ਼ੁਰੂ ਕਰ ਦਿੱਤੀ, ਕੁਦਰਤੀ ਇੱਕ ਬੁਕਚਾ ਲੱਭ ਜਾਂਦਾ, ਜੋ ਸਾਰਾ ਕੋਇਲਿਆਂ ਦਾ ਭਰਿਆ ਇੱਕੋ ਦੇ ਵਿੱਚ ਮਾਰ ਹੈ ਸੋਨੇ ਦੀ। ਬੜਾ ਖੁਸ਼ ਹੋ ਗਿਆ, ਮਾਇਆ ਮਿਲ ਗਈ। ਖੈਰ ਕੁਛ ਦੇਰ ਤੋਂ ਬਾਅਦ ਗੁਰੂ ਜੀ ਦਾ ਪ੍ਰੇਮੀ ਉਹ ਵੀ ਆਉਂਦਾ, ਅੰਧੇਰਾ ਹੋਇਆ, ਲੰਘਣਾਉਂਦਾ ਆਉਂਦਾ, ਪੁੱਛਣਗੇ ਕੀ ਗੱਲ ਹੈ, ਲੰਘ ਮਾਰਦਾ ਪਿਆ। ਕਹਿੰਦਾ, ਲੰਕਾ ਦੀ ਮਾਰਦਾ, ਮੇਰੇ ਬੜਾ ਜ਼ਬਰਦਸਤ ਕੰਡਾ ਲੱਗਿਆ ਪੈਰ ਦੇ, ਕੱਲ੍ਹ ਨੂੰ ਕੱਢਾਂਗੇ, ਪਤਾ ਨਹੀਂ ਲੱਗਿਆ, ਤਕਲੀਫ ਬੜੀ ਹੈ। ਕਹਿਣ ਲੱਗੇ, ਇਹੀ ਫਾਇਦਾ ਉਠਾਇਆ ਸਾਧਾਂ ਦੇ ਦਰਸ਼ਨ ਕਰਨ, ਯਾਨੀ ਮਾਹੌਲ ਕਰਦਾ, ਦੇਖ ਮੈਂ ਨਾਲੇ ਬੁਰੇ ਪਾਸੇ ਜਾਂਦਾ ਸੀ, ਨਾਲ ਮੈਨੂੰ ਮਾਹੌਲ ਲੱਭ ਗਈ ਸੋਨੇ। ਇਹ ਬਚਨ ਸੁਣ ਕੇ
ਜੋ ਸਤਸੰਗੀ ਗੁਰਮੁਖ ਸੀ ਉਹ ਕਹਿਣ ਲੱਗਾ ਬਈ ਸਿਆਣਿਆਂ ਲੋਕਾਂ ਦਾ ਵਿਚਾਰ ਹੈ, ਇਨਸਾਨ ਜੇ ਬੁਰੇ ਪਾਸੇ ਜਾਵੇ ਉਹਦੇ ਚੰਗੇ ਕਰਮ ਜਿਹੜੇ ਹਨ ਉਹ ਕਟੀਜਦੇ ਹਨ, ਜੇ ਚੰਗੇ ਪਾਸੇ ਜਾਵੇ ਬੁਰੇ ਕਰਮ ਕੱਟੇ ਜਾਂਦੇ ਹਨ। ਸੋ ਸਾਨੂੰ ਭਾਵੇਂ ਨਹੀਂ ਪਤਾ, ਕੱਲ੍ਹ ਨੂੰ ਚੱਲ ਕੇ ਆਪਾਂ ਗੁਰੂ ਬਾਬਾ ਜੀ ਨੂੰ ਪੁੱਛ ਲਵਾਂਗੇ। ਖੈਰ ਦੂਜੇ ਦਿਨ ਉਹ ਵੀ ਆ ਗਿਆ ਪੁੱਛਣ ਵਾਸਤੇ ਵੀ ਇਹ ਤਾਂ ਕੀ ਹੇਤੂ ਹੈ। ਸੋ ਪ੍ਰੇਮੀ ਨੇ ਗੁਰਮੁਖ ਨੇ ਗੱਲ ਚਲਾਈ, ਗਰੀਬ ਨਵਾਜ ਮੇਰੇ ਕੰਡਾ ਲੱਗਿਆ, ਹਜ਼ੂਰ ਦੇ ਰੋਜ਼ ਦਰਸ਼ਨ ਕਰਨ ਆਈਂਦਾ ਸੀ, ਜਿੰਨੀ ਕੁ ਆਪ ਸੇਵਾ ਕਰਵਾਉਂਦੇ ਸੋ ਸੇਵਾ ਵੀ ਹੋ ਜਾਂਦੀ ਸੀ, ਇਹ ਬੁਰੇ ਪਾਸੇ ਜਾਂਦਾ ਸੀ। ਇਹਨੂੰ ਬੁਕਚਾ ਲੱਭਿਆ ਕੋਲਿਆਂ ਦਾ, ਪਰ ਇੱਕ ਮੋਹਰ ਲੱਭ ਗਈ। ਸੋ ਮੈਨੂੰ ਇਹ ਮਾਹੌਲ ਕਰਦਾ ਸੁਠਾ ਕਰਦਾ। ਸੋ ਇਹ ਕਿਰਪਾ ਕਰਕੇ ਦੱਸੋ ਇਹ ਇਸ ਗੱਲ ਵਿੱਚ ਕੀ ਭੇਦ ਹੈ। ਗੁਰੂ ਜੀ ਪੁੱਛਦੇ ਨੇ, ਪ੍ਰੇਮੀਓ ਤੁਹਾਨੂੰ ਪਿਛਲੇ ਜਨਮ ਦਾ ਕੁਛ ਪਤਾ ਹੈ? ਤੁਹਾਨੂੰ ਪਿਛਲੇ ਜਨਮ ਦੀ ਬਾਬਤ ਕੁਛ ਗਿਆਨ ਹੈ? ਦੋਵੇਂ ਕਹਿੰਦੇ ਮਹਾਰਾਜ ਨਹੀਂ ਪਤਾ। ਅਤੇ ਜੇ ਨਹੀਂ ਪਤਾ ਭਾਈ ਅਤੇ ਇਸ ਗੱਲ ਦੇ ਉੱਪਰ ਹੱਸਣਾ ਮਾਹੌਲ ਕਰਨਾ ਤਾਂ ਫਜ਼ੂਲ ਗੱਲਾਂ ਨੇ। ਸੋ ਗੁਰੂ ਜੀ ਨੇ ਫਰਮਾਇਆ, ਪਿਛਲੇ ਜਨਮਾਂ ਦੇ ਸਾਡੇ ਸਰੀਰ ਬਣੇ ਹੁੰਦੇ ਆ, ਸੋ ਉਸਦੇ ਮੁਤਾਬਕ ਇਸ ਨੂੰ ਦੁੱਖ ਸੁੱਖ ਮਿਲਦੇ ਹਨ। ਜਿਹੜਾ ਪ੍ਰਾਣੀ ਚੰਗੇ ਪਾਸੇ ਜਾਂਦਾ ਉਹਦੇ ਪਿਛਲੇ ਜਨਮ ਦੇ ਪਾਪ ਕਰਮ ਕੱਟੇ ਜਾਂਦੇ ਹਨ, ਯਾਨੀ ਦੁੱਖ ਕੈਂਸਲ ਹੁੰਦੇ ਹਨ, ਦੁੱਖਾਂ ਵਿੱਚ ਕਮੀ ਹੁੰਦੀ ਹੈ, ਸੁੱਖ ਵੱਧਦੇ ਹੈ। ਜਿਹੜਾ ਬੁਰੇ ਪਾਸੇ ਜਾਂਦਾ ਹੈ ਉਹਦੇ ਸੁੱਖ ਘਟਦੇ ਹਨ, ਦੁੱਖਾਂ ਵਿੱਚ ਤਰੱਕੀ ਹੁੰਦੀ ਹੈ। ਇਸ ਵਾਸਤੇ ਗੁਰੂ ਜੀ ਕਹਿੰਦੇ ਹਨ, ਉਹ ਪ੍ਰੇਮ ਨੂੰ ਜਿਹਨੂੰ ਮੋਹਰ ਲੱਭੀ ਸੀ, ਕਹਿਣਗੇ ਪਿਛਲੇ ਜਨਮ ਦੇ ਵਿੱਚ ਤੈਂ ਇੱਕ ਮੋਹਰ ਦਾਨ ਕੀਤੀ ਸੀ, ਬੁਕਚਾ ਮੋਹਰਾਂ ਦਾ ਭਰਿਆ ਲੱਭਣਾ ਸੀ, ਜੇਕਰ ਅੱਜ ਵੀ ਜਾਇਆ ਤਾਂ ਇਹ ਵੀ ਕੋਲਾ ਬਣ ਜਾਂਦਾ, ਪਾਪ ਅੱਗ ਵੀ ਛੱਡ ਜਾਂਦਾ। ਰੋਜ਼ ਤੂੰ ਬੁਰੇ ਪਾਸੇ ਜਾਂਦਾ ਰਿਹਾ, ਮੋਹਰਾਂ ਦੇ ਕੋਲੇ ਬਣਦੇ ਚਲੇ ਗਏ। ਇਸ ਪ੍ਰੇਮੀ ਨੇ ਪਿਛਲੇ ਜਨਮ ਦੇ ਵਿੱਚ ਇਸ ਤੋਂ ਕੋਈ ਇਹੋ ਜਿਹਾ ਕਰਮ ਹੋਇਆ ਸੀ, ਇਹਨੇ ਸੂਲੀ ਚੜ੍ਹਨਾ ਸੀ, ਪਰ ਇਹ ਕਿਉਂਕਿ ਸੇਵਾ ਕਰਦਾ ਰਿਹਾ, ਸੁਮਾਰਗ ਚੱਲਦਾ ਰਿਹਾ, ਇਸ ਕਰਕੇ ਇਸਦੇ ਕੰਡੇ ਨਾਲ ਹੀ ਸੂਲ ਨਾਲ ਹੀ ਛੁਟਕਾਰਾ ਹੋ ਗਿਆ ਹੈ। ਇਸ ਤਰੀਕੇ ਸਿਰ ਸਾਧ ਚੰਗੇ ਪਾਸੇ ਚੱਲਿਆ, ਗੁਰਮੁਖ ਮਾਰਗ 'ਤੇ ਚੱਲਿਆ, ਭਜਨ ਸੇਵਾ ਨਾਮ ਦਾ ਇਸ਼ਨਾਨ ਕੀਤੀਆਂ, ਪਿਛਲੇ ਜਨਮਾਂ ਦੇ ਮੰਦ ਕਰਮ ਕੱਟੇ ਜਾਂਦੇ ਹਨ, ਜਿਵੇਂ ਸਾਬਣ ਲਾਏ ਤੇ ਕੱਪੜੇ ਦੀ ਮੈਲ ਕੱਟੀ ਜਾਂਦੀ ਹੈ। ਬੁਰੇ ਪਾਸੇ ਜਿਹੜਾ ਆਦਮੀ ਚੱਲਦਾ ਹੈ ਉਹਦੇ ਪੁੰਨ ਕਰਮ ਨਸ਼ਟ ਹੋ ਜਾਂਦੇ ਹਨ, ਮਨ ਨੂੰ ਸੁੱਖ ਨਸ਼ਟ ਹੁੰਦੇ, ਪੁੰਨਾਂ ਦਾ ਫਲ ਸੁੱਖ ਹੁੰਦਾ, ਉਹਦੇ ਵਿੱਚ ਕਮੀ ਹੁੰਦੀ ਹੈ, ਇਸ ਕਰਕੇ ਇਉਂ ਘਾਟਾ ਵਾਧਾ ਹੋ ਜਾਂਦਾ ਹੈ। ਸੋ ਇੱਧਰ ਧਰੂਣ ਦੀ ਮਾਤਾ ਧਰੂਣ ਸਮਝਾ ਰਹੀ ਹੈ, ਬੇਟਾ ਇਸ ਗੱਲ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ, ਆਪਣੇ ਕਰਮਾਂ ਦਾ ਹੀ ਕਸੂਰ ਹੈ। ਤੇਰੀ ਮਾਸੀ ਜੋ ਕੁਛ ਕਹਿੰਦੀ ਹੈ ਉਹ ਸੱਚ ਕਹਿੰਦੀ ਹੈ, ਉਹਨੇ ਠੀਕ ਕਿਹਾ ਹੈ, ਗਲਤ ਨਹੀਂ ਕਿਹਾ ਹੈ, ਆਪਾਂ ਨੂੰ ਇਸ ਤੋਂ ਕੁਛ ਸਿੱਖਿਆ ਲੈਣੀ ਚਾਹੀਦੀ ਹੈ, ਇਉਂ ਕਹਿੰਦੀ ਹੈ। ਲਾਲ ਵੇ ਭਗਤੀ ਨਾ ਕੀਤੀ ਰੱਬ ਦੀ ਬੱਚਿਆ, ਭਗਤੀ ਨਾ ਕੀਤੀ ਰੱਬ ਦੀ ਨਿਰਾ
ਸੋ ਜਿਸ ਵਕਤ ਤਰੋਂ ਦੀ ਮਾਤਾ ਨੇ ਉਸ ਨੂੰ ਅੱਛੀ ਤਰ੍ਹਾਂ ਸਮਝਾਇਆ ਬੁਝਾਇਆ ਇਹ ਆਪਣੇ ਕਰਮਾਂ ਦਾ ਹੀ ਫਲ ਹੈ ਕਿਸੇ ਦਾ ਕੋਈ ਦੋਸ਼ ਨਹੀਂ ਹੈ ਸੋ ਦੁੱਖ ਸੁੱਖ ਪ੍ਰਾਣੀ ਆਪਣੇ ਕਰਮਾਂ ਦਾ ਫਲ ਭੁਗਤਦਾ ਹੈ ਇਹਨਾਂ ਦੇ ਵਿੱਚ ਫਰਕ ਵੀ ਪੈ ਸਕਦਾ ਹੈ ਫਰਕ ਪਾ ਸਕਦਾ ਹੈ ਫਿਰ ਤਰੂ ਨੇ ਪੁੱਛਿਆ ਮਾਤਾ ਉਹ ਪਾ ਉਹ ਯਤਨ ਕਿਸ ਉੱਦਮ ਤੇ ਰਾਜ ਮਿਲੇ ਸ਼ਤਰੂ ਤੇ ਹੋਣ ਸਭ ਮੀਤਾ ਉਹ ਕਿਹੜਾ ਉੱਦਮ ਹੈ ਕਿਹੜਾ ਉਪਾਅ ਹੈ ਕਿਹੜਾ ਪੁਰਸ਼ਾਰਥ ਹੈ ਜਿਸਦੇ ਕੀਤੀਆਂ ਸਾਡਾ ਹੱਕ ਰਾਜ ਭਾਗ ਮੁੜ ਮਿਲ ਜਾਵੇ ਸਾਡੇ ਨਾਲ ਜੋ ਦੁਸ਼ਮਣੀ ਕਰ ਰਹੇ ਹਨ ਮੇਰਾ ਪਿਤਾ ਤੇ ਮਾਸੀ ਆਦ ਇਹ ਵੀ ਸਾਡੇ ਹਿੱਤੂ ਹੋ ਜਾਣ ਕੋਈ ਇਹੋ ਜਿਹਾ ਉਪਾਅ ਦੱਸ ਤਰੂਣ ਦੀ ਮਾਤਾ ਵਾਹਿਗੁਰੂ ਦੀ ਭਗਤੀ ਦੇ ਭਾਵਾਂ ਤੋਂ ਵਾਕਫ ਸੀ ਇਸ ਰਾਜਾਂ ਤੋਂ ਜਾਣੂ ਸੀ ਉਹ ਕਹਿਣਗੀ ਬੇਟਾ ਸਭ ਤੋਂ ਅੱਛਾ ਉਪਾਅ ਤਾਂ ਪ੍ਰਭੂ ਦੀ ਭਗਤੀ ਹੀ ਹੈ ਵਾਹਿਗੁਰੂ ਦਾ ਭਜਨ ਹੈ ਜਿਹੜਾ ਪੁੱਠੀਆਂ ਸਿੱਧੀਆਂ ਕਰ ਸਕਦਾ ਪ੍ਰਭੂ ਦੀ ਸ਼ਰਨ ਗਿਰਿਆ ਪ੍ਰਭੂ ਤਾਂ ਕਹਿੰਦਾ ਹੈ ਜੀ ਤੂੰ ਮੇਰੀ ਸ਼ਰਨ ਗਿਰ ਮੈਂ ਤੈਨੂੰ ਸਾਰੇ ਦੁੱਖਾਂ ਪਾਪਾਂ ਤੋਂ ਬਰੀ ਕਰ ਦਿਆਂਗਾ ਇਉਂ ਕਹਿੰਦਾ ਹੈ ਤਾਂ ਸਭ ਤੋਂ ਵੱਡਾ ਉਪਾਅ ਹੈ ਪੁੱਠੀਆਂ ਨੂੰ ਸਿੱਧੀਆਂ ਕਰਨ ਦਾ ਵਾਹਿਗੁਰੂ ਦੀ ਭਗਤੀ ਤਕੜਾ ਹੋ ਕੇ ਕਰਨਾ ਪੁੱਠੀ ਬਾਤ ਤੇ ਸਿੱਧੀ ਹੋ ਜਾਵੇ ਕਿਰਪਾ ਹੋ ਜਾਏ ਵਾਹਿਗੁਰੂ ਬਾਤ ਤੇ ਪਈ ਸੀ ਦਰੀ
दूत दुष्ट सजनई अंधकार में रतन प्रकाश्यो मलीन बुद्ध अछनई जो कृपा गोविंद पई परमेश्वर दी कृपा हो जाए पुठियां सिद्धियां हो सकदियां दुखां दे सुख बन जांदे हैं सो इसी तरह हर हाल विच तबादला हो जाता है परमेश्वर की कृपा हो जाए पर कृपा कद हुंदी है जदों तकड़ा होकर उसकी बंदगी करे उसकी भक्ति करे तन मन वार के तो उसकी कृपा हुंदी है स्वयं देखो ना कि किसी समय कोई राजा सफल होया उसका एक लड़का जन्मे कुबड़ा ਕੁੱਬਾ ਲੜਕਾ ਸੋ ਉਸਦਾ ਵਜ਼ੀਰ ਉਸਦੇ ਅੰਨਾ ਲੜਕਾ ਜੰਮੇ ਫਿਰ ਰਾਜਾ ਦੇ ਲੜਕੀ ਜੰਮੀ ਤਨਸਥਨਾ ਵਾਲੀ ਸੋ ਇਹਨਾਂ ਨੇ ਵਿਚਾਰ ਕੀਤੀ ਰਾਜਾ ਵਜ਼ੀਰ ਨੇ ਵੀ ਕੀ ਗੱਲ ਹੈ ਇਹਨਾਂ ਬੱਚਿਆਂ 'ਚ ਕੀ ਦੁਸ਼ਣ ਹਨ ਜੋਤਸ਼ੀਆਂ ਨੂੰ ਬੁਲਾ ਕੇ ਪੁੱਛਿਆ ਵੀ ਇਹਨਾਂ ਦੀ ਬਾਬ ਕੁਛ ਦੱਸੋ ਜੋਤਸ਼ੀਆਂ ਨੇ ਦੱਸਿਆ ਇਹ ਬੜੇ ਅਭਾਗ ਹਨ ਜੇਕਰ ਤੁਹਾਡੇ ਰਾਜ ਭਾਗ ਵਿੱਚ ਰਹੇ ਨਸ਼ਟ ਹੋਣ ਦਾ ਖਤਰਾ ਹੈ ਇਹਨਾਂ ਨੂੰ ਆਪਣੀ ਹੱਦ ਤੋਂ ਬਾਹਰ ਛੱਡਣਾ ਚਾਹੀਦਾ ਰਥ ਵਿੱਚ ਬਿਠਾ ਕੇ ਇਹਨਾਂ ਤਿੰਨਾਂ ਬੱਚਿਆਂ ਨੂੰ ਉਸ ਰਾਜਾ ਦੀ ਹੱਦ ਤੋਂ ਪਰੇ ਕਿਸੇ ਹੋਰ ਰਾਜਾ ਦੀ ਹੱਦ ਵਿੱਚ ਛੋੜ ਦਿੱਤਾ ਅਤੇ ਹਦਾਇਤ ਕੀਤੀ ਗੁਰਾਂ ਨੂੰ ਨਾ ਆਇਓ ਪਰਾਂ ਬੇਸ਼ੱਕ ਜਾਇਓ ਤੁਹਾਨੂੰ ਇਸ ਵਾਸਤੇ ਕਰੋ ਅਲੈਦਾ ਕੀਤਾ ਗਿਆ ਤੁਹਾਡੇ ਵਿੱਚ ਇਹ ਇਹ ਨੁਕਸਾਨ ਜੋਤਸ਼ੀਆਂ ਨੇ ਕਿਹਾ ਜੇ ਤੁਸੀਂ ਇਹਨਾਂ ਦੇ ਰਾਜ ਭਾਗ ਵਿੱਚ ਰਹੇ ਇਹਨਾਂ ਦਾ ਰਾਜ ਨਾ ਨਸ਼ਟ ਹੋ ਜਾਵੇ ਰਾਜ ਪਿਆਰੇ ਰਾਜਿਆਂ ਭਾਈ ਦੁਰ ਪਿਆਰੇ ਰਾਜਿਆਂ ਨੂੰ ਰਾਜ ਪਿਆਰੇ ਹੁੰਦੇ ਨੇ ਭਰਾਵਾਂ ਆਦਿ ਨਾਲ ਨਹੀਂ ਹਿੱਸਦਾ ਸੰਯੋਗ ਕਰਕੇ ਇੱਥੇ ਖੈਰੋ ਜੰਗਲ ਜੰਗੀਆਂ ਬਾਨ ਵਿੱਚ ਰਹਿੰਦੇ ਹਨ ਕੁਦਰਤੀ ਉੱਥੇ ਪਾਣੀ ਦੇ ਚਸ਼ਮੇ ਹਨ ਅੱਛੇ ਅੱਛੇ ਫਲਦਾਰ ਦਰਖਤ ਹਨ ਫਲ ਖਾ ਛੱਡਦੇ ਹਨ ਪਾਣੀ ਵਗੈਰਾ ਪੀ ਛੱਡਦੇ ਹਨ ਇਹੋ ਜਿਹੇ ਅੱਛੇ ਥਾਂ ਬਣੇ ਹਨ ਘਰਾਂ ਤੋਂ ਵੀ ਬੜੇ ਚੰਗੇ ਉੱਥੇ ਉਹਨਾਂ ਦੀ ਰਹਿਸ਼ ਆਪਣੀ ਰਹਿਸ਼ ਕਰ ਲੈਂਦੇ ਨੇ ਇਸੀ ਤਰ੍ਹਾਂ ਕੁਛ ਸਮਾਂ ਗੁਜ਼ਰਿਆ ਤਾਂ ਮਹਾਤਮਾ ਉਸ ਤਰਫ ਆ ਨਿਕਲੇ ਪੁੱਛਣ ਲੱਗੇ ਤੁਸੀਂ ਕੌਣ ਹੋ ਇੱਥੇ ਫਿਰਦੇ ਹੋ ਉਹਨਾਂ ਸਾਰੀ ਹਕੀਕਤ ਖੋਲ੍ਹ ਕੇ ਦੱਸੀ ਅਸੀਂ ਦੋਵੇਂ ਲੜਕਾ ਲੜਕੀ ਰਾਜਾ ਦੇ ਹਾਂ ਇਹ ਵਜ਼ੀਰ ਦਾ ਲੜਕਾ ਹੈ ਸਾਡੇ ਵਿੱਚ ਇਹ ਦੂਸ਼ਣ ਹੋਣ ਕਰਕੇ ਉਹਨਾਂ ਨੇ ਸਾਨੂੰ ਘਰੋਂ ਕੱਢ ਦਿੱਤਾ ਕਿਹਾ ਵੀ ਸਾਡੀ ਹੱਦ ਵਿੱਚ ਨਾ ਆਇਓ ਭਰਾਂ ਜਾਇਓ ਸੋ ਮਹਾਤਮਾ ਕਹਿਣ ਲੱਗੇ ਤੁਸੀਂ ਆਪਣੇ ਵਕਤ ਨੂੰ ਸਫਲਾ ਕਰੋ ਸਮਾਂ ਬੜੀ ਦੁਰਲੱਭ ਚੀਜ਼ ਹੈ ਇਸ ਸਮੇਂ ਨੂੰ ਨਰਕ ਵੀ ਬਣਾ ਸਕੀਂਦਾ ਹੈ ਸਵਰਗ ਵੀ ਬਣਾ ਸਕੀਂਦਾ ਹੈ ਵੈਕੁੰਠ ਵੀ ਬਣਾ ਸਕੀਂਦਾ ਹੈ ਸਮੇਂ ਨੂੰ ਜਿਸ ਪਾਸੇ ਖਰਚ ਉਹ ਜਿਹਾ ਸਮਾਂ ਬਣ ਜਾਂਦਾ ਹੈ ਬੁਰੇ ਪਾਸੇ ਲਗਾਓ ਤਾਂ ਫਲ ਨਰਕ ਬਣ ਗਿਆ ਉਹਨਾਂ ਵਿੱਚ ਲਗਾ ਸਵਰਗ ਬਣ ਗਿਆ ਵਾਹਿਗੁਰੂ ਦੀ ਭਗਤੀ ਦੁਆਰਾ ਵੈਕੁੰਠ ਬਣ ਜਾਂਦਾ ਹੀ ਹੋ ਕਿਉਂ ਆਪਣੇ ਸਮੇਂ ਨੂੰ ਖਰਾਬ ਕਰੋ ਤਾਂ ਲਾਭ ਉਠਾਓ ਸ਼ਾਇਦ ਤੁਹਾਡੇ ਕਰਮ ਬਦਲ ਜਾਣ ਸੋ ਭਜਨ ਕਰਿਆ ਕਰੋ ਉਹਨਾਂ ਮਹਾਤਮਾ ਨੇ ਕਿਹਾ ਉਹ ਕਹਿੰਦੇ ਕਿਹਦਾ ਭਜਨ ਕਰੀਏ ਅਸੀਂ ਨਹੀਂ ਜਾਣਦੇ ਜਿਹਦਾ ਭਜਨ ਕਰਨਾ ਔਰ ਕਿਵੇਂ ਕਰਨਾ ਹੈ ਸਾਸੰਗ ਸ਼ਕਤੀ ਕੀ ਹਰ ਕਾ ਜਿਹੜਾ ਹੋਵੇ ਸਿੱਖਣਾ ਹੀ ਪੈਂਦਾ ਹੈ ਉਹ ਤਾਂ ਜਾਣੂ ਹੀ ਹੋਣਾ ਪੈਂਦਾ ਜਾਣੂ ਕੋਈ ਦੂਸਰਾ ਕਰਵਾ ਦੇਗਾ ਇਸ ਵਾਸਤੇ ਮਹਾਤਮਾ ਨੇ ਪਰਮੇਸ਼ੁਰ ਦਾ ਨਾਮ ਦੱਸਿਆ ਕੋਈ ਢੰਗ ਯੁਕਤੀ ਤਰੀਕਾ ਦੱਸਿਆ ਅਤੇ ਪਰਮੇਸ਼ੁਰ ਦੇ ਸਾਕਾਰ ਸਰੂਪ ਦਾ ਧਿਆਨ ਦੱਸਿਆ ਪਹਿਲੇ ਪਹਿਲ ਨਿਰਾਕਾਰ ਦੀ ਬਾਬਤ ਅਜਾਣਾ ਨੂੰ ਸੂਝਬੂਝ ਨਹੀਂ ਹੁੰਦੀ ਪਹਿਲੇ ਸਾਕਾਰ ਦਾ ਹੀ ਧਿਆਨ ਕਰਾਇਆ ਜਾਂਦਾ ਸਾਕਾਰ ਸਰੂਪ ਦਾ ਧਿਆਨ ਔਰ ਗੁਰਮੰਤਰ ਦਾ ਜਾਪ ਇਹ ਦੋਵੇਂ ਚੀਜ਼ਾਂ ਮਨ ਨੂੰ ਸਥਿਰ ਅਤੇ ਇਕਾਗਰ ਕਰਦੀਆਂ ਹਨ ਇਕਾਗਰਤਾ ਦੇ ਵਿੱਚ ਹੌਲੀ ਹੌਲੀ ਬੜੇ ਬੜੇ ਗੁਣ ਆ ਜਾਇਆ ਕਰਦੇ ਹਨ ਅਖੀਰ ਸਰਗੁਣ ਤੋਂ ਨਿਰਗੁਣ ਪ੍ਰਗਟ ਹੋ ਜਾਇਆ ਕਰਦਾ ਹੈ ਕਰਿਓ ਦੱਸਿਆ ਵੀ ਇਹ ਭਜਨ ਕਰੋ ਇਹ ਧਿਆਨ ਕਰੋ ਤੁਸੀਂ ਦੰਡਾਤ ਕਰੋ ਦੇਖੋ ਇਸਦਾ ਕੀ ਨਤੀਜਾ ਅੱਛਾ ਨਿਕਲੇਗਾ ਸੋ ਇਉਂ ਉਹਨਾਂ ਨੇ ਇਸੀ ਤਰ੍ਹਾਂ ਕੀਤਾ ਕੁਛ ਵਕਤ ਵੀ ਬਣ ਲਏ ਤੁਰਦੇ ਫਿਰਦੇ ਵੀ ਕਰਦੇ ਹਨ ਸੋ ਇਉਂ ਕਰਦੇ 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 ਮਨ ਇਕਾਗਰ ਹੋਣ ਲੱਗ ਜਾਂਦਾ ਹੈ ਪਹਿਲੇ ਹੱਥ ਨਾਲ ਕਰਨਾ ਪੈਂਦਾ ਹੈ ਭਜਨ ਸੋ ਇਉਂ ਕਰਦੇ ਕਰਦੇ ਸਹਿਜ ਅਵਸਥਾ ਆ ਜਾਂਦੀ ਇਕਾਗਰਤਾ ਆ ਜਾਂਦੀ ਹੈ ਉਹੀ ਭਜਨ ਰਸ ਰੂਪ ਹੋ ਜਾਂਦਾ ਹੈ ਪਹਿਲੇ ਜਿਤਨੀ ਦੇਰ ਤੱਕ ਮਨ ਨਹੀਂ ਲੱਗਦਾ ਘਬਰਾਹਟ ਹੁੰਦੀ ਹੈ ਨਿਤਨੇਮ ਕਰਨਾ ਵੀ ਔਖਾ ਜਿਹਾ ਹੋ ਜਾਂਦਾ ਹੈ
تو من کہندے چھتی اٹھ کھڑ کی لینا پر جدو ہٹنا کچھ دیر کردے رہیے من شدھ ہو جاندا ہے سو شدھ ہوئے تو بعد من اکاگرتا پھڑن لگ پیندا ہے اکاگر من اس نو بھجن دا آنند بھجن دا رس پراپت وہ سکھ اس آنند نو پھر چھڈنا نہیں چاہندا جہا جا بھجن دا آنند ہے دنیا تے وہ جا سکھ ہور کتے بھی نہیں ہے سو یوں کر کے انہاں نو ہولی ہولی بھجن دا آنند پراپت ہو گیا اکاگرتا جو بنن لگ پئی سو بھجن کردیاں کردیاں پہلے کرتب ہوندا ہے سماں پا کے اس دا پھل ملیا کردا ہے کئی کو لوگاں دا خیال ہے پہلے پھل مل جائے پچھوں کرتب کٹی جائے یہ اصول غلط ہے پہلے کرتب ہے پچھوں پھل ہویا کردا پہلے سال بھر محنت ہے بچیاں دے سکولاں وچ پھر اگر اچھی محنت کر دین اگلی جماعت وچ چڑھنا ہو جاندا ہے اسی طرح ہور بھی پہلے محنت کر دین مہینہ بھر پچھوں مہینہ تو بعد انہوں تنخواہ ملدی ملازمہ لوکاں نوں زمیندار چھ مہینے محنت کردا پچھوں جا کے گھر دانے آؤندے نیں فصل دے اسی طرح پہلے محنت ہے پچھوں دا پھل ہویا کردا ہے کسی آس تے محنت کیتی جاندی ہے آس بھی درتا نال ہوئے جے زمیندار نوں اے وشواس نہ ہوئے دانے نہیں آنے تے کاہنوں محنت کرے انہوں پکا وشواس ہے دانے آنے جے ملازم ہے انہوں اے نہ وشواس ہوئے نوکری نہیں ملے گی تے پھر انہیں نوکری کی کرنی انہوں وشواس ہوئے نوکری ضرور ملے گی اسی طرح سارے انہوں اپنے اپنے کم تے وشواس ہوندا ہے اسی طرح بھجن کرن والے نوں بھی بھجن دے اوپر وشواس ہونا چاہیے بھی اس دا پھل بھی اوش ملے گا پہلے کرتب ہے پھر پھل ہے سو یوں اسی طرح کچھ دیر تو بعد ان دا من اکاگر ہون لگ پیا اکاگرتا دے سکھ شانتی بھی بدن لگ پئی تے اس نے پھل بھی دینا ہویا سو یوں اسی طرح ایک دن دا ذکر او کبڑا لڑکا اس اندھے لڑکے نوں وزیر دے نوں کہن لگا بھائی او کیا سونے سونے پھل ہن او درخت چکیا ہویا پھلاں نال مینوں اوڈیاں تے بٹھا نالے توں کھا نالے اسیں کھائیے سارے کھاؤں گے سو اس موڈیاں تے بٹھا لیا کبڑے لڑکے نوں آ پھل کھائی جاندا ہے تے او لڑکی ہے اس کبڑے دی او بھی اس نوں بھی دئی جاندے لیکن نیترہین پرش نوں بھرم ہویا کردا بھرم ہی ہوندے نیں بہت او کہندا بھی تسی بھین بھرا دوویں پھل کھائی جاندے مینوں دیندے نہیں جے میں تینوں موڈیاں تے نہ چکاں تو کتھوں پھل توڑ لویں اوپر بیٹھے نے اس نے کبڑے نے وہ دونوں اڈیاں کیوں موڈیاں تے بیٹھا دونوں اڈیاں وکھیاں چ ماریاں جویں گھوڑے دے سوار دونوں اڈیاں وکھیاں چ مار دے کہن لگے دیکھ انا نہ ہوے جے اسی نہ ہوئی تو رل کے مر جائیں اے لفظ کہے تے اس نے غصے وچ آ کے اندے نے اس کبڑے نوں اپنے موڈیاں تو زمین تے پٹک مار زمین تے ڈگن دی دیر سی کب پار ڈگ گیا او دا کب سیدھا ہو جاندا ہے سو لڑکی نے بھی میرے بھرا نوں سٹتا اتنے ایک پتھر پیا سی تکھا جہا وہ متھے ماریا اندھے نے وہ پتھر تکھا لگن کی دیر سی کوئی یہ جا گندا خون نکل گیا اکھان چ رگاں منہ کھل جانا دسن لگ پیا بھاوے انہوں دسن لگ پیا انہوں گسا آ بھی میرے اس نے پتھر ماریا سامنے لڑکی کھڑی سی غصے میں آ کے چھاتی چ لت ماری تیجا ستن دب جانا ہے تین نردوش ہو گئے خوشن دسو اپنا کیوں گھروں کٹیا سی یہی دوش سن یہی دوشن ساڈے دور ہو گئے تو کر چلو کر چلی گھر آ گئے ساری گل دسی راجا دا لڑکا اس نو راج کاج دی بابت جانو کرایا گیا اور لڑکی نو کچھ ودیا وغیرہ دے کے وہ راجا نال شادی کر دیتی گئی وزیر دے لڑکے وزیری دے گن سکھائے گئے اپنے اپنے عہدے تے وہ راجا بنے وہ وزیر بن گیا اور راجا دی لڑکی ہو کسے راجا نو لے گئی یعنی پٹھیاں سدھیاں بن گئیں جدوں انہوں نے وہرو دی پرتی کیتی تاں تے تروں دی ماتا کہندی ہے ਭਾਈ ਪਰਮੇਸ਼ੁਰ ਆਰਾਧੀ ਤਰੂ ਨੇ ਪੁੱਛਿਆ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਹੋਣ ਸਭ ਮੀਤਾ ਜਵਾਬ ਮਿਲਿਆ ਪਰਮੇਸ਼ੁਰ ਆਰਾਧੀਏ ਜਿੱਦੂ ਹੋਈਏ ਪਤਤ ਸੁਨੀਤਾ ਪਰਮੇਸ਼ੁਰ ਦੀ ਭਗਤੀ ਕਰਕੇ ਵਾਹਿਗੁਰੂ ਦੀ ਭਗਤੀ ਕਰਕੇ ਤੇ ਬੜੇ ਬੜੇ ਪਾਪੀ ਪਵਿੱਤਰ ਹੋ ਗਏ ਹਨ ਪੁੱਟੀਆਂ ਸਿੱਧੀਆਂ ਹੋ ਜਾਂਦੀਆਂ ਤਾਂ ਤੇ ਸਭ ਤੋਂ ਵੱਡਾ ਉਦਮ ਬੇਟਾ ਵਾਹਿਗੁਰੂ ਦੀ ਭਗਤੀ ਕਰਨਾ ਹੈ ਦਾਦਾ ਬੋਲੇ ਭਾਈ ਪੁੱਠੀ ਬਾਤ ਤੇ ਸਿੱਧੀ ਹੋ ਜਾਵੇ ਕਿਰਪਾ ਹੋ ਜਾ ਵਾਹਿਗੁਰੂ ਤਰੁਣ ਦੀ ਮਾਤਾ ਨੇ ਇਹ
ਸਿੱਖਿਆ ਦਿੱਤੀ। ਇਹੋ ਜਿਹੇ ਬਚਨ ਸੁਣ ਕੇ ਤਰੂਣ ਦੇ ਚਿੱਤ ਵਿੱਚ ਲਗਨ ਲੱਗ ਗਈ, ਸ਼ੌਕ ਪੈਦਾ ਹੋ ਗਿਆ। ਸਾਸਨ ਲਗਨ ਤੋਂ ਬਿਨਾਂ, ਪ੍ਰੇਮ ਤੋਂ ਬਿਨਾਂ, ਸ਼ੌਕ ਤੋਂ ਬਿਨਾਂ ਭਗਤੀ ਹੁੰਦੀ ਨਹੀਂ। ਅਤੇ ਜਦੋਂ ਲਗਨ ਲੱਗ ਜਾਏ ਫਿਰ ਹੀ ਇਹ ਭਗਤੀ ਕਰ ਸਕਦੀ। ਤਰੂਣ ਨੂੰ ਲਗਨ ਲੱਗੀ, ਤਰੂਣ ਨੇ ਆਗਿਆ ਮੰਗੀ, ਮਾਤਾ ਮੈਨੂੰ ਆਗਿਆ ਦੇਵੋ ਮੈਂ ਕਿਸੇ ਇਕਾਂਤ ਬਣ ਵਿੱਚ ਜਾ ਕੇ ਭਜਨ ਕਰਾਂ, ਤਪ ਕਰਾਂ, ਪਰਮੇਸ਼ੁਰ ਦੀ ਬੰਦਗੀ ਕਰਾਂ, ਔਰ ਉਸ ਤੋਂ ਮਨ ਪਾਉਂਦਾ ਵਰ ਲੈ ਲਵਾਂ, ਰਾਜ ਭਾਗ ਦਾ ਵਰ ਲੈ ਲਵਾਂ। ਇਤਿਹਾਸ ਤਰੂਣ ਨੇ ਮਾਤਾ ਤੋਂ ਆਗਿਆ ਮੰਗੀ, ਪਰ ਮਾਤਾ ਨੇ ਆਗਿਆ ਨਾ ਦਿੱਤੀ। ਹੁਣ ਇਸ ਤੋਂ ਕੱਲ੍ਹ ਤੋਂ ਸ਼ੁਰੂ ਕੀਤਾ ਜਾਏਗਾ। ਹੁਣ ਗੁਰੂ ਅਸਤਰ ਪੜੋ। ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਤਨ ਹੈ। I'm gonna go to the hospital.
واہ